ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਰੋਜ਼ਾਨਾ ਉਹਨਾਂ ਮਸਲਿਆਂ ਨੂੰ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੀ ਖਿਦਮਤ ਦੇ ਵਿੱਚ, ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਡਾਇਲੋਗ ਬਣੇ ਹੋਏ ਹਨ। ਔਰ ਜਦ ਡਾਇਲੋਗ ਬਣਦੇ ਹਨ ਤਾਂ ਜਸ ਪੰਜਾਬੀ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਉਹਨਾਂ ਮਸਲਿਆਂ ਨੂੰ ਇਸ ਮੰਚ ਦੇ ਰਾਹੀਂ ਤੁਹਾਡੇ ਸਾਹਮਣੇ ਰੱਖੀਏ ਔਰ ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰੋ। ਅਤੇ ਅੱਜ ਵੀ ਮੈਂ ਦਰਖਾਸਤ ਕਰਾਂਗਾ ਆਪਣੇ ਸਾਰੇ ਵਿਊਅਰਸ ਨੂੰ ਕਿ ਉਹ ਅੱਜ ਸਾਨੂੰ ਕਾਲ ਵੀ ਕਰਨ ਅਤੇ ਆਪਣੇ ਫੀਡਬੈਕ ਅਤੇ ਆਪਣੇ ਸੁਝਾਵ ਇਸ ਮੰਚ ਦੇ ਉੱਤੇ ਵੀ ਜ਼ਰੂਰ ਰੱਖਣ, ਜਿਵੇਂ ਤੁਸੀਂ ਰੋਜ਼ਾਨਾ ਰੱਖਦੇ ਹੋ। ਇੱਕ ਜ਼ਿੰਮੇਵਾਰੀ ਅਸੀਂ ਨਿਭਾਈ ਸੀ ਕਿ ਜਦ ਕੌਮ ਦਾ ਕੋਈ ਵੀ ਮਸਲਾ ਆਉਂਦਾ, ਭਾਵੇਂ ਕੋਈ ਪੰਥਕ ਮਸਲਾ ਹੁੰਦਾ, ਭਾਵੇਂ ਕੋਈ ਸਿਆਸੀ ਮਸਲਾ ਹੁੰਦਾ ਜਾਂ ਫਿਰ ਕਿਸੇ ਅਦਾਇਰੇ ਨਾਲ ਜੁੜਿਆ ਹੁੰਦਾ, ਤਾਂ ਅਸੀਂ ਉਹਦੇ ਫਿਗਰ, ਉਹਦੇ ਫੈਕਟਸ, ਉਹਦੀ ਰੈਲੇਵੈਂਸ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਉਂਦੇ ਹਾਂ। ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਹਮੇਸ਼ਾ ਫੈਕਟਸ ਦੇ ਉੱਤੇ ਗੱਲ ਕੀਤੀ ਹੈ ਅਤੇ ਅੱਜ ਵੀ ਅਸੀਂ ਜਿਸ ਮਸਲੇ ਦੇ ਉੱਤੇ ਗੱਲ ਕਰ ਰਹੇ ਹਾਂ, ਮੈਨੂੰ ਹਜੇ ਵੀ ਲੱਗਦਾ ਕਿ ਇਹ ਮਸਲਾ ਹੈ, ਕਿਉਂਕਿ ਲੱਖਾਂ ਕਰੋੜਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਹਜੇ ਵੀ ਹੈ ਕਿ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਹੋ ਸਕਣ। ਇਸ ਗੱਲ ਦੇ ਵਿੱਚ ਕੋਈ ਦਰਾਵਾ ਨਹੀਂ ਕਿ ਹਜੇ ਤੱਕ ਤਸਵੀਰ ਜਿਹੜੀ ਧੁੰਦਲੀ ਪਈ ਹੋਈ ਸੀਗੀ ਉਹ ਹੌਲੀ ਹੌਲੀ ਸਾਫ਼ ਹੁੰਦੀ ਤਾਂ ਨਜ਼ਰ ਆਈ ਹੈ, ਲੇਕਿਨ ਜਿਹੜੀ ਗੱਲ ਭਾਰਤ ਦੇ ਅਧਿਕਾਰੀਆਂ ਵੱਲੋਂ ਔਰ ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਕੱਲ੍ਹ ਮੀਟਿੰਗ ਦੇ ਵਿੱਚ ਹੋਈ, ਤਾਂ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਨੂੰ ਉਸਦੀ ਜਾਣਕਾਰੀ ਅਸੀਂ ਦਈਏ। ਇੱਕ ਬਹੁਤ ਵੱਡਾ ਅੜੀਕਾ ਮੈਂ ਇਹਨੂੰ ਕਹਾਂਗਾ ਔਰ ਇੱਕ ਬਹੁਤ ਵੱਡੀ ਗੱਲ ਕਨਫਿਊਜ਼ਨ ਕ੍ਰੀਏਟ ਕਰ ਰਹੀ ਹੈ ਕਿ ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਮੈਂ ਪਹਿਲੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਦੱਸ ਦੇਵਾਂ ਕਿ ਦੋਵੇਂ ਮੁਲਕਾਂ ਦੇ ਆਫਿਸਰਸ ਦੀ ਸਰਹੱਦ ਦੇ ਉੱਤੇ, ਵਾਹਗਾ ਬਾਰਡਰ ਦੇ ਉੱਤੇ ਮੀਟਿੰਗ ਹੋਈ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਇੰਡੀਆ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਪਾਕਿਸਤਾਨ ਦੇ ਆਲਾ ਅਧਿਕਾਰੀ ਪਹੁੰਚੇ। ਕਰਤਾਰਪੁਰ ਕੋਰੀਡੋਰ ਖੁੱਲ੍ਹਦਾ ਰਿਹਾ, ਲੇਕਿਨ ਦੋ ਗੱਲਾਂ ਨੂੰ ਲੈ ਕੇ ਹਜੇ ਗੱਲ ਫਸੀ ਹੋਈ ਹੈ। ਭਾਰਤ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਜਿਹੜੀ ਸਰਵਿਸ ਫੀਸ $20 ਲਗਾ ਰਿਹਾ ਹੈ ਉਹ ਮਾਫ਼ ਕਰੇ, ਅਤੇ ਦੂਜਾ ਪ੍ਰੋਟੋਕੋਲ ਆਫਿਸਰਸ ਨੂੰ ਜਾਣ ਦੀ ਇਜਾਜ਼ਤ ਨਾਲ ਦਿੱਤੀ ਜਾਵੇ। ਪਾਕਿਸਤਾਨ ਨੇ ਉੱਤੇ ਵੀਜ਼ਾ ਫੀਸ ਨਹੀਂ ਲੈਣ ਦਾ ਵਚਨ ਦਿੱਤਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ 5,000 ਸ਼ਰਧਾਲੂ ਰੋਜ਼ਾਨਾ ਆ ਸਕਦੇ ਹਨ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਨੇ ਇਸ ਗੱਲੋਂ ਇਤਰਾਜ਼ ਜਤਾ ਕੇ ਹਜੇ ਗੱਲ ਫਸਾਈ ਹੋਈ ਹੈ। ਜੇ ਪਾਕਿਸਤਾਨ ਸਰਵਿਸ ਫੀਸ ਲੈਂਦਾ ਤਾਂ ਭਾਰਤ ਆਪਣੀ ਗੱਲ 'ਤੇ ਅੜਿਆ ਹੋਇਆ। ਤਸਵੀਰ ਸਾਹਮਣੇ ਇਹ ਆਉਂਦੀ ਹੈ ਕਿ ਦੋਵੇਂ ਮੁਲਕ ਵਾਕਿਆ ਹੀ ਚਾਹੁੰਦੇ ਹਨ ਕਿ ਕਰਤਾਰਪੁਰ ਕੋਰੀਡੋਰ ਖੁੱਲ੍ਹੇ, ਜਾਂ ਫਿਰ ਸ਼ਰਧਾਲੂਆਂ ਦੇ ਸਾਹਮਣੇ ਅਜਿਹੀ ਗੱਲ ਲੈ ਕੇ ਆਉਣ ਤਾਂ ਕਿ ਮਤਭੇਦ ਹਜੇ ਵੀ ਪੈਦਾ ਰਹਿਣ। ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ, ਇੱਕ ਰਿਪੋਰਟ ਅਸੀਂ ਤਿਆਰ ਕੀਤੀ ਹੈ। ਪਹਿਲੇ ਇਸ ਰਿਪੋਰਟ ਨੂੰ ਅਸੀਂ ਵੇਖਦੇ ਹਾਂ, ਉਸ ਰਿਪੋਰਟ ਦੇ ਬਾਅਦ ਕਰਾਂਗੇ ਅਸੀਂ ਟਿੱਪਣੀ। ਦਹਾਕਿਆਂ ਤੋਂ ਸੰਜੋਇਆ ਗਿਆ ਸਿੱਖ ਸ਼ਰਧਾਲੂਆਂ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਅਟਾਰੀ ਸਰਹੱਦ ਤੇ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿੱਚ ਕਰਤਾਰਪੁਰ ਲਾਂਘੇ ਦੇ ਬਾਰੇ ਮੀਟਿੰਗ ਹੋਈ। ਇਸ ਬੈਠਕ ਵਿੱਚ ਦੋਹਾਂ ਮੁਲਕਾਂ ਦੇ ਵਿਚਾਲੇ ਦੋ ਮੁੱਦਿਆਂ ਨੂੰ ਛੱਡ ਕੇ ਕਈ ਮੁੱਦਿਆਂ ਤੇ ਸਹਿਮਤੀ ਬਣ ਗਈ ਹੈ। ਜਿਨ੍ਹਾਂ ਮੁੱਦਿਆਂ ਤੇ ਸਹਿਮਤੀ ਬਣੀ ਹੈ ਉਹਨਾਂ ਵਿੱਚ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ ਹੋਵੇਗੀ, ਇਹ ਤੈਅ ਕਰ ਦਿੱਤਾ ਗਿਆ। OCI ਕਾਰਡ ਵਾਲੇ ਵੀ ਜਾ ਸਕਣਗੇ, ਇਹ ਵੀ ਤੈਅ ਹੋ ਚੁੱਕਾ ਹੈ। ਧਰਮ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਹੋਵੇਗਾ, ਇਸ ਤੇ ਵੀ ਮੋਹਰ ਲਾ ਦਿੱਤੀ ਗਈ ਹੈ। ਸ਼ਰਧਾਲੂਆਂ ਦੀ ਗਿਣਤੀ ਰੋਜ਼ਾਨਾ 5,000 ਤੱਕ ਦੀ ਹੋਵੇਗੀ। ਖਾਸ ਦਿਹਾੜਿਆਂ ਦੇ ਮੌਕੇ 10,000 ਵਾਧੂ ਸ਼ਰਧਾਲੂਆਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਲਾਂਘਾ ਪੂਰਾ ਸਾਲ ਖੁੱਲ੍ਹਾ ਰਹੇਗਾ, ਸ਼ਰਧਾਲੂ ਜਥਿਆਂ ਵਿੱਚ ਜਾਂ ਇਕੱਲੇ ਵੀ ਜਾ ਸਕਣਗੇ। ਇਹ ਮੁੱਦੇ ਉਹ ਨੇ ਜਿਨ੍ਹਾਂ ਤੇ ਸਹਿਮਤੀ ਬਣ ਚੁੱਕੀ ਹੈ, ਪਰ ਕਈ ਅੜਿੱਕੇ ਹਜੇ ਵੀ ਬਾਕੀ ਨੇ। ਪਾਕਿਸਤਾਨ ਵੱਲੋਂ ਰੱਖੀ ਗਈ ਸਰਵਿਸ ਫੀਸ ਭਾਰਤ ਨੂੰ ਨਾਮਨਜ਼ੂਰ ਹੈ। ਪਾਕਿਸਤਾਨ ਨੇ $20 ਫੀ ਸ਼ਰਧਾਲੂ ਦੇ ਹਿਸਾਬ ਨਾਲ ਇਹ ਫੀਸ ਤੈਅ ਕੀਤੀ ਹੈ। ਭਾਰਤ ਨੇ ਮੁਫ਼ਤ ਦਾਖਲੇ ਦੀ ਮੰਗ ਕੀਤੀ ਸੀ, ਭਾਰਤ ਨੇ ਪ੍ਰੋਟੋਕੋਲ ਅਫਸਰਾਂ ਦੀ ਮਨਜ਼ੂਰੀ ਮੰਗੀ ਸੀ। ਸ਼ਰਧਾਲੂਆਂ ਦੀ ਦੇਖ ਰੇਖ ਦੇ ਲਈ ਅਫਸਰਾਂ ਦੀ ਸ਼ਮੂਲੀਅਤ ਨੂੰ ਜ਼ਰੂਰੀ ਦੱਸਿਆ ਸੀ, ਪਰ ਪਾਕਿਸਤਾਨ ਇਸ ਤੇ ਤਿਆਰ ਨਹੀਂ ਹੋਇਆ।
ਪ੍ਰੋਟੋਕਾਲ ਅਫਸਰਾਂ ਦੀ ਮੰਗ ਦੇ ਨਾਲ ਪਾਕਿਸਤਾਨ ਅਸਹਿਮਤ ਹੈ। ਭਾਰਤ ਨੇ ਪਾਕਿਸਤਾਨ ਨੂੰ ਦੋਵੇਂ ਮੁੱਦਿਆਂ ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਹਮ ਪਾਕਿਸਤਾਨ ਗਵਰਨਮੈਂਟ ਸੇ ਉਮੀਦ ਕਰੇਂਗੇ ਕਿ ਫੀਸ ਵਾਲੇ ਮਸਲੇ ਪੇ ਵੇ ਥੋੜੀ ਫਲੈਕਸੀਬਿਲਿਟੀ ਦਿਖਾਏ ਔਰ ਹਮਾਰੀ ਰਿਕੁਐਸਟ ਕੋ ਮਨਜ਼ੂਰ ਕਰੇ। ਔਰ ਦੂਸਰੀ ਛੋਟੀ ਸੀ ਹਮਾਰੀ ਰਿਕੁਐਸਟ ਹੈ, ਵੋ ਵੀ ਪਿਲਗ੍ਰਿਮਸ ਕੇ ਹੱਕ ਮੇ ਹੈ ਕਿ ਹਮਾਰੇ ਪ੍ਰੋਟੋਕਾਲ ਆਫਿਸਰਸ ਡੇਲੀ ਇਤਨੇ ਲੋਕ ਜਾਏਂਗੇ, ਹਰ ਉਮਰ ਕੇ ਹਰ ਤਰ੍ਹਾਂ ਕੇ ਹੈਲਥ ਸਟੇਟਸ ਕੇ ਲੋਕ ਜਾਏਂਗੇ, ਤੋ ਥੋੜੇ ਸੇ ਪ੍ਰੋਟੋਕਾਲ ਆਫਿਸਰਸ ਡੇਲੀ ਹਮ ਚਾਹੇਂਗੇ ਉਨਕੀ ਹਿਫਾਜ਼ਤ ਕੇ ਲੀਏ ਸਾਥ ਜਾਏਂ, ਫੈਸਿਲਿਟੇਸ਼ਨ ਕੇ ਲੀਏ ਜਾਏਂ। ਹਮਨੇ ਉਨ੍ਹੇ ਇਨਵਾਈਟ ਕੀਆ ਹੈ ਕਿ ਆਖਰੀ ਮੀਟਿੰਗ ਕੇ ਲੀਏ ਨੈਕਸਟ ਟਾਈਮ ਵੋ ਯਹਾਂ ਆ ਜਾਏਂ ਔਰ ਜਿਤਨਾ ਜਲਦੀ ਹੋ ਸਕਤਾ ਹੈ ਵੋ ਮੀਟਿੰਗ ਕਰਕੇ ਜੋ ਆਖਰੀ ਦੋ ਤੀਨ ਸਟਿਕਿੰਗ ਪੁਆਇੰਟਸ ਹੈ ਉਸ ਪੇ ਐਗਰੀ ਕਰ ਲਿਆ ਜਾਏ ਔਰ ਇਸਕੋ ਮੁਕੰਮਲ ਕਰ ਲਿਆ ਜਾਏ। ਭਾਰਤ ਮੁਤਾਬਿਕ ਲਾਂਘੇ ਤੇ ਇਸ ਪਾਸੇ ਦਾ ਕੰਮ ਸਤੰਬਰ ਦੇ ਅਖੀਰ ਤੱਕ ਪੂਰਾ ਕਰ ਲਿਆ ਜਾਵੇਗਾ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸ਼ਰਧਾਲੂ ਦਰਸ਼ਨਾਂ ਲਈ ਜਾ ਸਕਣ। ਜਦਕਿ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਕੰਮ ਤਕਰੀਬਨ ਮੁਕੰਮਲ ਹੋ ਚੁੱਕਿਆ ਹੈ ਤੇ ਉਹ ਛੇਤੀ ਹੀ ਮੀਡੀਆ ਨੂੰ ਲਾਂਘੇ ਤੇ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਨੇ। ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਦੇ ਨਾਲ ਨਿਊਜ਼ ਡੈਸਕ ਰਿਪੋਰਟ ਜਸ ਟੀਵੀ। ਤੇ ਇਹ ਤਾਂ ਅਸੀਂ ਵੇਖ ਲਈ ਰਿਪੋਰਟ ਔਰ ਇਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਨਾਲ ਕਰਤਾਰਪੁਰ ਕੋਰੀਡੋਰ ਦਾ ਕੰਮ ਚੱਲ ਰਿਹਾ। ਲੇਕਿਨ ਸਵਾਲ ਵੱਡਾ ਇੱਥੇ ਇਹ ਬਣਦਾ, ਮੈਂ ਦਰਸ਼ਕਾਂ ਤੋਂ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਜਿਹੜੀ ਸਰਵਿਸ ਫੀਸ ਪਾਕਿਸਤਾਨ ਨੇ ਰੱਖੀ ਹੈ $20 ਉਹ ਰੱਖਣੀ ਚਾਹੀਦੀ ਸੀਗੀ ਜਾਂ ਫਿਰ ਉਹਨੂੰ ਹਟਾਉਣਾ ਚਾਹੀਦਾ ਜਿਵੇਂ ਭਾਰਤ ਨੇ ਆਪਣਾ ਇਤਰਾਜ਼ ਜਤਾਇਆ। ਜੇਕਰ ਸਰਵਿਸ ਫੀਸ ਹਟਾਉਂਦੀ ਹੈ ਪਾਕਿਸਤਾਨ ਦੀ ਸਰਕਾਰ ਤਾਂ ਕੀ ਉਹਨਾਂ ਦੀ ਜਿਹੜੀ ਕ੍ਰੈਸ਼ ਕਰੰਚ ਇਕੋਨਮੀ ਹੈ ਕੀ ਉਹਨੂੰ ਉਹ ਰਿਵਾਈਵ ਕਰਨ ਦੇ ਲਈ ਇਹਨਾਂ ਨੇ ਫੀਸ ਰੱਖੀ ਸੀਗੀ? ਸਿਆਸੀ ਪੰਡਿਤ ਇਹ ਵੀ ਸਵਾਲ ਪੁੱਛਦੇ ਹਨ ਕਿ ਉਹ ਸ਼ਰਧਾਲੂਆਂ ਨੂੰ ਪਾਕਿਸਤਾਨ ਬੁਲਾ ਕੇ $20 ਲੈਣਾ ਚਾਹੁੰਦੇ ਹਨ। ਇਹ ਵੀ ਸਿਆਸੀ ਪੰਡਿਤ ਜਿਹੜੇ ਨੇ ਉਹ ਸਵਾਲ ਪੁੱਛਦੇ ਹਨ। ਤਾਂ ਕਈ ਸਾਰੇ ਜਿਹੜੇ ਸਵਾਲ ਖੜ੍ਹੇ ਹੁੰਦੇ ਹਨ ਕਿ ਕਿਉਂ ਨਹੀਂ ਪਾਕਿਸਤਾਨ $20 ਹਟਾ ਦਿੰਦਾ? ਇਮਰਾਨ ਖਾਨ ਨੇ ਸਿੱਖ ਕਨਵੈਨਸ਼ਨ ਦੇ ਵਿੱਚ ਜ਼ਰੂਰ ਕਿਹਾ ਸੀਗਾ ਕਿ ਮੈਂ ਵੀਜ਼ਾ ਫੀਸ ਨਹੀਂ ਰੱਖਾਂਗਾ ਔਰ ਮਲਟੀਪਲ ਵੀਜ਼ੇ ਦੀ ਵੀ ਸੁਵਿਧਾ ਮੈਂ ਰੱਖਾਂਗਾ ਔਰ ਮੈਂ ਵਿਸ਼ਵ ਦੇ ਵਿੱਚ ਵਸਦੇ ਸਾਰੇ ਭਾਈਚਾਰਿਆਂ ਨੂੰ ਸੁਨੇਹਾ ਦਿੰਦਾ ਕਿ ਉਹ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਆਉਣ ਔਰ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਉੱਤੇ ਆ ਕੇ ਖੁੱਲ੍ਹੇ ਅਤੇ ਦਰਸ਼ਨ ਦੀਦਾਰ ਕਰਨ। ਲੇਕਿਨ $20 ਦੀ ਜਿਹੜੀ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਨੂੰ ਇਹ ਹਟਾਉਣੀ ਚਾਹੀਦੀ ਹੈ, ਪਾਕਿਸਤਾਨ ਦੇ ਵਿੱਚ ਵਸਦੇ ਵਸਨੀਕ ਅਤੇ ਵਟਰ ਜਿਹੜੇ ਉੱਥੇ ਪੱਤਰਕਾਰ ਹਨ ਉਹ ਕਹਿੰਦੇ ਹਨ ਕਿ ਅਸੀਂ ਮੱਕਾ ਮਦੀਨਾ ਜਾਣ ਲਈ $6-6 ਲੱਖ ਰੁਪਏ ਖਰਚਦੇ ਹਾਂ, ਤਾਂ ਫਿਰ ਕੀ ਹੋ ਗਿਆ ਜੇਕਰ ਅਸੀਂ $20 ਫੀਸ ਵੀ ਰੱਖ ਲਈ? ਅਤੇ ਇਹ ਕਈ ਸਾਰੇ ਜਿਹੜੇ ਗੱਲਾਂ ਹਨ ਸਾਹਮਣੇ ਆ ਰਹੀਆਂ ਹਨ। ਅਗਰ ਸਹਿਮਤੀ ਨਹੀਂ ਜਿਤਾਉਂਦਾ ਪਾਕਿਸਤਾਨ ਤਾਂ ਭਾਰਤ ਆਪਣਾ ਅਗਲਾ ਸਟੈਪ ਕੀ ਚੱਕੇਗਾ? ਕੇਂਦਰ ਸਰਕਾਰ ਆਪਣਾ ਅਗਲਾ ਸਟੈਪ ਕੀ ਚੱਕੇਗੀ? ਇਹ ਵੱਡੇ ਸਵਾਲ ਬਣੇ ਹੋਏ ਹਨ। ਇਸੇ ਦੇ ਉੱਤੇ ਪਾਵਾਂਗੇ ਚਾਨਣਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। $20 ਦੇ ਉੱਤੇ ਜਿਹੜੀ ਇਤਰਾਜ਼ ਜਤਾਇਆ ਗਿਆ ਭਾਰਤ ਪੱਖੋਂ ਉਹ ਲਾਜ਼ਮੀ ਹੈ ਜਾਂ ਫਿਰ ਨਹੀਂ ਹੈ, ਇਤਰਾਜ਼ ਜਤਾਉਣਾ ਚਾਹੀਦਾ ਸੀਗਾ, ਇਹਨੂੰ ਲੈ ਕੇ ਥੋੜ੍ਹਾ ਜਿਹਾ ਅਸੀਂ ਸਮਝ ਲੈਂਦੇ ਹਾਂ। ਮੇਰੇ ਨਾਲ ਅਜਮਲ ਚੌਧਰੀ ਜੀ ਮੌਜੂਦ ਹਨ, ਸੀਨੀਅਰ ਜਰਨਲਿਸਟ ਹੂ ਰੀਪ੍ਰਜੈਂਟਸ ਪਾਕਿਸਤਾਨ, ਅਤੇ ਮੇਰੇ ਨਾਲ ਦੂਜੇ ਲਾਈਨ 'ਤੇ ਮੌਜੂਦ ਹਨ ਬਲਜਿੰਦਰ ਸਿੰਘ ਸ਼ੰਮੀ ਜੀ, BJP ਦੇ ਓਵਰਸੀਜ਼ ਫਰੰਟ ਦੇ ਸਪੋਕਸਮੈਨ ਹਨ, ਬੁਲਾਰੇ ਹਨ। ਦੋਵਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਮੰਚ ਦੇ ਉੱਤੇ। ਸਰ ਤੁਹਾਡਾ ਵੀ ਸਵਾਗਤ ਹੈ ਅਤੇ ਸਰ ਤੁਹਾਡਾ ਵੀ ਸਵਾਗਤ ਹੈ। ਅਤੇ ਮੈਂ ਸਭ ਤੋਂ ਪਹਿਲਾਂ ਸਵਾਲ ਅਜਮਲ ਜੀ ਹੋਰਾਂ ਤੋਂ ਲੈਣਾ ਚਾਹੁੰਦਾ, $20 ਤੁਸੀਂ ਜਿਹੜੀ ਫੀਸ ਹੈ ਉਹ ਗਲਤ ਰੱਖੀ ਹੈ, ਇਹਨੂੰ ਤੁਸੀਂ ਨਹੀਂ ਰੱਖਣਾ ਚਾਹੀਦਾ ਸੀਗਾ, ਭਾਰਤ ਦੇ ਅਧਿਕਾਰੀਆਂ ਵੱਲੋਂ ਇਤਰਾਜ਼ ਜਤਾਇਆ ਗਿਆ। ਤੁਸੀਂ ਕਿਸ ਚੀਜ਼ ਦਾ ਜ਼ਿਕਰ ਕਰ ਰਹੇ ਹੋ? ਮੈਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰ ਰਿਹਾ ਜੀ। ਅੱਛਾ, ਜੋ ਪਾਕਿਸਤਾਨ ਨੇ ਜਿਹੜੀ ਰੱਖੀ ਹੈ? ਜੀ ਜੀ ਜੀ। ਮੈਂ ਅਗਰ ਮੈਨੂੰ ਪੁੱਛੋ ਨਾ ਜੀ, ਤੇ ਮੈਂ ਸਮਝਣਾ ਕਿ ਸਾਨੂੰ ਆਪਣੇ ਜਿਹੜੇ ਸਿੱਖ ਭਾਈ ਨੇ ਉਹਨਾਂ ਨੂੰ ਅਕੋਮੋਡੇਟ ਕਰਨਾ ਚਾਹੀਦਾ, ਤੇ ਅਗਰ $20 ਫੀਸ ਰੱਖੀ ਹੈ ਪਾਕਿਸਤਾਨ ਨੇ ਤੇ ਮੈਂ ਸਮਝਣਾ ਕਿ ਇਹ ਨਹੀਂ ਰੱਖਣੀ ਚਾਹੀਦੀ। ਔਰ ਇਹਦੇ 'ਚ ਜਿਹੜਾ ਨਾ ਲੋਕਾਂ ਨੂੰ ਜਿਹੜੇ ਭਾਈ ਸਿਰਫ ਕਿਉਂਕਿ ਜਿਹੜੇ ਲੋਕ ਦੇਖੋ ਜੀ ਉੱਥੋਂ ਆਉਂਦੇ ਆ ਨਾ, ਉਹ ਆਉਂਦੇ ਆ ਕਿ ਆਪਣੇ ਮਜ਼ਹਬੀ ਜਿਹੜਾ ਹੈ ਨਾ ਉਹਦੇ ਲਈ ਆਪਣੇ ਯਾਨੀ ਕੋਈ ਸੈਰ ਸਪਾਟੇ ਨੂੰ ਨਹੀਂ ਬਲਕਿ ਮਜ਼ਹਬੀ ਜਿਹੜਾ ਹੈ ਨਾ ਜੀ। ਤੇ ਤੁਸੀਂ ਇਸ ਗੱਲ ਦਾ ਇਤਰਾਜ਼ ਕਰਦੇ ਹੋ ਕਿ ਜਿਹੜੀ ਗੱਲ ਭਾਰਤ ਨੇ ਕਹੀ ਹੈ ਠੀਕ ਕਹੀ ਹੈ, $20 ਨਹੀਂ ਰੱਖਣੇ ਚਾਹੀਦੇ ਸੀਗੇ? ਹਾਂ, ਅਗਰ ਮੈਂ ਸਮਝਣਾ ਦੇਖੋ ਜੀ ਗੱਲ ਇਹ ਕਿ ਫੇਅਰਨੈਸ ਜਿਹੜੀ ਹੈ ਨਾ ਉਹ ਤੁਹਾਡਾ ਮਤਲਬ ਦੋਸਤ ਕਹੇ ਜਾਂ ਤੁਹਾਡਾ ਕੋਈ ਜਿਹੜਾ ਜਿੱਦਣ ਤੁਹਾਡੀ ਨਹੀਂ ਬਣਦੀ ਉਹ ਵੀ ਕਹੇ ਤੇ ਸਹੀ ਗੱਲ ਤੇ ਸਹੀ ਹੈ ਜੀ। ਅਜਮਲ ਜੀ, ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਤੁਹਾਡੀ ਜਿਹੜੀ ਕ੍ਰੈਸ਼ ਇਕੋਨਮੀ ਹੈਗੀ ਹੈ ਪਾਕਿਸਤਾਨ ਨੂੰ ਉਹਨੂੰ ਰਿਵਾਈਵ ਕਰਨ ਦੇ ਲਈ ਇਹ ਜਿਹੜੇ $20 ਸੀਗੇ ਰੱਖੇ ਗਏ ਸੀਗੇ ਤਾਂ ਕਿ ਥੋੜ੍ਹਾ ਇਕੋਨਮੀ ਨੂੰ ਵੀ ਫਰਕ ਪਏ, ਅਜਿਹੀ ਕੋਈ ਗੱਲ?
ਯਾਰ ਮੇਰਾ ਨਹੀਂ ਖਿਆਲ ਕਿ $20 ਦੇ ਨਾਲ ਕੋਈ ਪਾਕਿਸਤਾਨ ਦੀ ਇਕਾਨਮੀ ਨੂੰ ਕੋਈ ਬੜਾ ਵੱਡਾ ਕੋਈ ਬੂਸਟ ਮਿਲਦਾ ਹੈ। ਅਗਰ ਮਤਲਬ ਸਾਲ ਦੇ ਵਿੱਚ ਕੋਈ 5,000 ਜਿਹੜਾ ਨਾ ਸਾਡੇ ਸਿੱਖ ਭਾਈ ਉੱਥੋਂ ਆ ਗਏ ਜੀ, ਤੇ ਮਤਲਬ ਕਿੰਨਾ ਕੋਈ 8-10,000 ਡਾਲਰ ਇਕੱਠਾ ਵੀ ਹੋ ਗਿਆ, ਤੇ ਉਹਦੇ ਨਾਲ ਕੀ ਇਕਾਨਮੀ, ਉਹਦੇ ਨਾਲ ਕੋਈ 10 ਖਾਨਦਾਨਾਂ ਦਾ ਵੀ ਖਰਚਾ ਪੂਰਾ ਨਹੀਂ ਹੁੰਦਾ, ਤੇ ਇਕਾਨਮੀ ਨੂੰ ਉੱਥੋਂ ਕੀ ਫਰਕ ਪੈਣਾ ਜਾਂ ਇਕਾਨਮੀ ਨੂੰ ਜਿਹੜਾ ਨਾ ਉਹਦਾ ਕੀ ਵਾਧਾ ਹੋਣਾ, ਮੇਰਾ ਨੀ ਖਿਆਲ, ਕਿਉਂਕਿ ਇਹੋ ਜਿਹੀ ਗੱਲ ਹੈਗੀ। ਲੇਕਿਨ ਇਹ ਕਿ ਮੈਂ ਜ਼ਾਤੀ ਤੌਰ ਤੇ ਜਿਹੜਾ ਨਾ ਮੈਂ ਸਮਝਣਾ ਕਿ ਅਗਰ $20 ਦਾ ਜਿਹੜਾ ਮਸਲਾ ਹੈ ਨਾ, ਮੇਰਾ ਖਿਆਲ ਹੈ ਕਿ ਲੋਕਾਂ ਨੂੰ ਸਹੂਲਤ ਜਿਹੜੀ ਚੀਜ਼ ਹੈ ਉੱਥੇ, ਜਿਹੜੇ ਸਾਡੇ ਗਰੀਬ ਭਾਈ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ, ਲੇਕਿਨ ਉਹ ਆਪਣੇ ਜਿਹੜਾ ਨਾ ਮਜ਼ਬੀ ਤਵਾਰ ਤੇ ਆਉਣਾ ਚਾਹੁੰਦੇ ਆ ਪਾਕਿਸਤਾਨ, ਤੇ ਉਹਨਾਂ ਨੂੰ ਅਕੋਮੋਡੇਟ ਕਰਨਾ ਚਾਹੀਦਾ। ਬਿਲਕੁਲ, 1400 ਰੁਪਏ ਹੋ ਗਏ ਇੰਡੀਆ ਦੇ ਹਿਸਾਬ ਨਾਲ ਜੇਕਰ ਮੈਂ ਗੱਲ ਕਰਾਂ, ਤੇ ਕੀ ਤੁਹਾਨੂੰ ਲੱਗਦਾ ਕਿ ਲਾਜ਼ਮੀ ਹੈ ਫੀਸ? ਬਜਿੰਦਰ ਸਿੰਘ ਸ਼ਮੇ ਜੀ, ਮੈਂ ਤੁਹਾਡੇ ਤੋਂ ਲੈਣਾ ਚਾਹਾਂਗਾ। ਤੁਸੀਂ ਹਾਲ ਫਿਲਹਾਲ ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਵੀ ਹੋ ਕੇ ਆਏ ਹੋ, ਪਾਕਿਸਤਾਨ ਵੀ ਗੇੜਾ ਮਾਰ ਕੇ ਆਏ ਹੋ, ਕੀ ਕੁਝ ਮਾਹੌਲ ਹੈ ਉੱਥੇ? ਮਾਹੌਲ ਬਹੁਤ ਵਧੀਆ ਹੈ। ਮੈਂ ਜਨਵਰੀ 2019 ਦੇ ਵਿੱਚ ਪਾਕਿਸਤਾਨ ਗਿਆ ਸੀ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ, ਤੇ ਬਹੁਤ ਹੀ ਅੱਛਾ ਲੱਗਿਆ। ਤੇ ਕਰਤਾਰਪੁਰ ਸਾਹਿਬ ਦੇ ਵਿੱਚ ਜੋ ਇਨਫਰਾਸਟ੍ਰਕਚਰ ਬਣ ਰਿਹਾ ਕੋਰੀਡੋਰ ਖੋਲਣ ਲਈ, ਨਵੇਂ ਪੁਲ ਬਣੇ ਆ, ਨਵੀਆਂ ਸੜਕਾਂ ਬਣੀਆਂ ਸੋਹਣੀਆਂ ਸੋਹਣੀਆਂ, ਉਹਨਾਂ ਨੇ ਆਲਮੋਸਟ ਪਾਕਿਸਤਾਨ ਗਵਰਨਮੈਂਟ ਨੇ ਆਲਮੋਸਟ ਮਿਲੀਅਨਸ ਆਫ ਡਾਲਰ ਲਾਏ ਹੋਣਗੇ ਜੀ। ਤੇ ਜੇ $20 ਦਾ ਕੋਈ ਵੱਡਾ ਮਸਲਾ ਨਹੀਂ ਹੈਗਾ ਜੀ, ਮੇਰੇ ਹਿਸਾਬ ਸਿਰ ਜੇ ਫੀਸ ਲੱਗੀ ਵੀ ਹੈ ਸਿਰਫ 1400 ਰੁਪਇਆ ਹੈ, ਇਹ ਕੁਛ ਵੀ ਨਹੀਂ ਹੈਗੀ ਜੀ। ਜੋ ਅਸੀਂ ਬਾਹਰ ਜਾਈਏ ਖਾਣਾ ਖਾਣ ਤੇ 5-5 ਹਜ਼ਾਰ ਰੁਪਏ ਦਾ ਸਾਡਾ ਬਿੱਲ ਆ ਜਾਂਦਾ, ਤੇ $20 ਕੋਈ ਵੱਡੀ ਗੱਲ ਵੀ ਨਹੀਂ ਹੈ ਜੇ ਫੀਸ ਲੱਗਦੀ ਵੀ ਹੈ। ਤੇ ਦੂਸਰੀ ਗੱਲ ਇਹ ਹੈਗੀ ਵੀ ਮਿਲੀਅਨਸ ਡਾਲਰ ਉਹਨਾਂ ਦੇ ਲੱਗੇ ਆ ਉੱਥੇ। ਦੂਸਰੀ ਗੱਲ ਇਹ ਹੈਗੀ ਵੀ ਜੇ ਅਸੀਂ ਵੀਜ਼ਾ ਲੈ ਕੇ ਜਾਣਾ ਹੋਵੇ ਉੱਥੇ, ਤੇ ਸਾਡੇ ਵੀਜ਼ੇ ਤੇ ਘੱਟੋ ਘੱਟ 4-5 ਹਜ਼ਾਰ ਰੁਪਇਆ ਲੱਗ ਜਾਂਦਾ ਹੈ ਜੀ, ਤੇ ਉਸ ਨਾਲੋਂ ਤਾਂ ਫਿਰ ਵੀ ਸਸਤਾ ਪਏਗਾ ਸਾਨੂੰ ਜੇ $20 ਦੇਣੇ ਵੀ ਪੈ ਗਏ। ਪਰ ਇਹ ਵੱਡਾ ਮਸਲਾ ਨਹੀਂ ਹੈ, ਬੈਠ ਕੇ ਫਿਰ ਵੀ ਆਪਸ 'ਚ ਮੀਟਿੰਗ ਜਦੋਂ ਅਗਲੀ ਹੋਏਗੀ ਉਹਨਾਂ ਦੀ, ਡਿਸਕਸ ਕੀਤਾ ਜਾ ਸਕਦਾ ਹੈ। ਸੋ ਯੂ ਥਿੰਕ ਦੈਟਸ ਅ ਸਮਾਲ ਇਸ਼ੂ ਐਂਡ ਇਟ ਕੈਨ ਬੀ ਡਿਸਕਸਡ ਫਰਦਰ? ਨਾ, ਇਹ ਬੜਾ ਸਮਾਲ ਇਸ਼ੂ ਹੈ। ਦੂਸਰੀ ਗੱਲ ਇਹ ਹੈ ਜੋ ਇੰਡੀਅਨ ਮੀਡੀਆ ਹੈਗਾ ਜੀ, ਇਹ ਛੋਟੀ ਛੋਟੀ ਗੱਲ ਨੂੰ ਚੁੱਕਦਾ ਬੜਾ ਹੈਗਾ। ਇਸ ਮੁੱਦੇ ਨੂੰ ਕੋਰੀਡੋਰ ਤੇ ਜੋ ਸਪੈਸ਼ਲ ਕੋਈ ਗੱਲ ਹੋਵੇ ਬੜੀ ਉੱਚੇ ਜ਼ੋਰਾਂ ਸ਼ੋਰਾਂ ਨਾਲ ਚੁੱਕਦਾ, ਨੈਗੇਟਿਵ ਵੇ ਨਾਲ, ਤੇ ਉਸ ਕਰਕੇ ਸਾਨੂੰ, ਪਰ ਜਿਹੜੀ ਸਾਡੀ ਇੰਡੀਅਨ ਗਵਰਨਮੈਂਟ ਹੈ ਉਹ ਪੂਰੀ ਸਾਡੇ ਨਾਲ ਹੈ, ਉਹ ਪੂਰਾ ਹੱਕ ਦੇ ਵਿੱਚ ਹੈ। ਖੁੱਲਿਆ ਜਾਵੇ ਤੇ ਕਿ ਪਾਕਿਸਤਾਨ ਗਵਰਨਮੈਂਟ ਵੀ ਖੋਲਣਾ ਚਾਹੁੰਦੀ ਹੈਗੀ, ਤੇ ਖੁੱਲੇਗਾ ਵੀ 550th ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ। ਠੀਕ ਹੈ। ਤੇ ਅਜਮਲ ਜੀ, ਇੱਕ ਗੱਲ ਦਾ ਮੈਨੂੰ ਹੋਰ ਜਵਾਬ ਤੁਹਾਡੇ ਤੋਂ ਚਾਹੀਦਾ ਸੀਗਾ, ਕਿਸ ਤਰੀਕੇ ਦੀਆਂ ਤਿਆਰੀਆਂ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਪਾਕਿਸਤਾਨ ਦੇ ਵੱਲ ਕੀਤੀਆਂ ਗਈਆਂ? ਦੇਖੋ ਜੀ, ਮੈਂ ਤੇ ਰਹਿਣਾ, ਤੁਹਾਨੂੰ ਪਤਾ ਮੈਂ ਰਹਿਣਾ ਇੱਥੇ ਅਮਰੀਕਾ 'ਚ ਜੀ, ਤੇ ਮੈਂ ਉਹ ਮੇਰੀ ਐਵੇਂ ਗੈਸ ਗੇਮ ਹੀ ਹੋਣੀ ਕਿ ਮੈਂ ਤੁਹਾਨੂੰ ਜਿਹੜਾ ਨਾ ਉੱਥੇ, ਲੇਕਿਨ ਪਾਕਿਸਤਾਨ ਦੇ ਵਿੱਚ ਮੈਂ ਇੱਕ ਚੀਜ਼ ਜਿਹੜਾ ਨਾ ਗਰੰਟੀ ਨਾਲ ਤੁਹਾਨੂੰ ਦੱਸ ਸਕਣਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਰਹਿਣ ਵਾਲੇ ਜਿਹੜਾ ਨਾ ਜੀ ਲੋਕ ਨੇ ਉਹ ਬੜਾ ਓਵਰਵੈਲਮਿੰਗਲੀ ਜਿਹੜਾ ਨਾ, ਹੈਲੋ, ਲੱਗਦਾ ਸਾਡਾ ਫੋਨ ਡਿਸਕਨੈਕਟ ਹੋ ਗਿਆ ਅਜਮਲ ਜੀ ਹੋਰਾਂ ਨਾਲ, ਲੇਕਿਨ ਅਸੀਂ ਮੁੜ ਤੋਂ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਲੇਕਿਨ ਉਹਨਾਂ ਦੀ ਗੱਲਾਂ ਤੋਂ ਲੱਗ ਰਿਹਾ ਕਿ ਬਹੁਤ ਹੀ ਐਕਸਾਈਟਡ ਹਨ ਪਾਕਿਸਤਾਨ ਦੇ ਵਿੱਚ ਵਸਦੇ ਵਸਨੀਕ, ਔਰ ਉਹ ਵੈਲਕਮ ਕਰਨਾ ਚਾਹੁੰਦੇ ਹਨ। ਔਰ ਜਿਸ ਤਰੀਕੇ ਨਾਲ ਸਾਨੂੰ ਬਲਜਿੰਦਰ ਸਿੰਘ ਸ਼ਮੀ ਹੋਰਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਵੀ ਕੰਮ ਪੂਰਾ ਹੋ ਰਿਹਾ, ਔਰ ਪਾਕਿਸਤਾਨ ਵੀ ਚਾਹੁੰਦਾ ਕਿ ਇਹ ਕੋਰੀਡੋਰ ਖੁੱਲ੍ਹੇ, ਔਰ ਇੱਥੇ ਭਾਰਤ ਵੀ ਚਾਹੁੰਦਾ ਕੋਰੀਡੋਰ ਖੁੱਲ੍ਹੇ, ਫਿਰ $20 ਨੂੰ ਲੈ ਕੇ ਜਿਹੜੀ ਗੱਲ ਹੈਗੀ ਹੈ ਉਹ ਇੱਕ ਪ੍ਰਸਤਾਵ ਅਸੀਂ ਕਹਿ ਸਕਦੇ ਹਾਂ ਹਾਲ ਫਿਲਹਾਲ ਦੇ ਵਿੱਚ ਭਾਰਤ ਦੇ ਅਧਿਕਾਰੀਆਂ ਨੇ ਰੱਖਿਆ, ਕੀ ਪਾਕਿਸਤਾਨ ਇਹਨੂੰ ਮਨਜ਼ੂਰ ਕਰੇਗਾ ਕਿ ਜਿਹੜੀ ਇਹ $20 ਸਰਵਿਸ ਫੀਸ ਰੱਖੀ ਗਈ ਹੈ, ਇਹ ਰੱਖਣੀ ਚਾਹੀਦੀ ਸੀਗੀ ਕਿ ਰੱਖਣੀ ਚਾਹੀਦੀ ਸੀਗੀ? ਜੇ ਅਗਰ ਰੱਖੀ ਵੀ ਹੈ ਤਾਂ ਫਿਰ ਜਿਵੇਂ ਸਾਨੂੰ ਬਲਜਿੰਦਰ ਸਿੰਘ ਸ਼ਮੀ ਹੋਰਾਂ ਨੇ ਕਿਹਾ ਕਿ 1400 ਰੁਪਏ ਬਣਦੇ ਹਨ ਇੰਡੀਆ ਦੇ ਹਿਸਾਬ ਨਾਲ, ਅਤੇ ਅਮਾਊਂਟ ਕੁਛ ਵੀ ਨਹੀਂ ਹੈਗਾ, ਇਹਦੇ ਉੱਤੇ ਇਤਰਾਜ਼ ਭਾਰਤ ਨੂੰ ਨਹੀਂ ਜਿਤਾਉਣਾ ਚਾਹੀਦਾ ਸੀਗਾ, 5,000 ਸ਼ਰਧਾਲੂਆਂ ਦੇ ਨਾਲ ਪ੍ਰੋਟੋਕੋਲ ਆਫਿਸਰਸ ਜਿਹੜੇ ਨੇ ਉਹ ਭੇਜਣ ਦੀ ਜਿਹੜੀ ਗੱਲ ਹੈ ਉਹ ਵੀ ਇੱਥੇ ਰੱਖੀ ਗਈ ਹੈ। ਲੇਕਿਨ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਹੁਣ, ਪਹਿਲਾ ਪਾਰਟ ਸਾਨੂੰ ਕਲੀਅਰ ਹੋ ਗਿਆ, ਲੇਕਿਨ ਦੂਜਾ ਪਾਰਟ ਮੈਂ ਇਸ ਮੁੱਦੇ ਦੇ ਵਿੱਚ ਜਿਹੜਾ ਅੱਜ ਲੈ ਕੇ ਆਉਣਾ ਚਾਹੁੰਦਾ, ਕਿਉਂਕਿ ਜਿਹੜੀ ਜ਼ੁਬਾਨੀ ਜੰਗ ਹਾਲ ਫਿਲਹਾਲ ਦੇ ਵਿੱਚ ਚੱਲ ਰਹੀ ਹੈਗੀ ਹੈ
ਪਾਕਿਸਤਾਨ ਔਰ ਭਾਰਤ ਦੇ ਪ੍ਰਤੀ ਅਤੇ ਕੀ ਤੁਹਾਨੂੰ ਲੱਗਦਾ ਕਿ 550 ਪ੍ਰਕਾਸ਼ ਪੁਰਬ ਤੱਕ ਕੋਈ ਅਜਿਹੀ ਗੱਲ ਹੋਏ ਕਿ ਇਹ ਜਿਹੜੀ ਕੋਲਡ ਵਾਰ ਹੈ ਔਰ ਵਧੇ ਔਰ ਇਹਦਾ ਖਾਮੇ ਆ ਜਾ ਕਰਤਾਰਪੁਰ ਕੋਰੀਡੋਰ ਨੂੰ ਭੁਗਤਣਾ ਪਏ? ਇਹ ਵੱਡਾ ਸਵਾਲ ਬਣਦਾ ਹੈ। ਕੇਂਦਰ ਸਰਕਾਰ ਹਾਲ ਫਿਲਹਾਲ ਦੇ ਵਿੱਚ ਕੀ ਸੋਚ ਰਹੀ ਹੈ? ਉਹ ਵਾਕਈ ਵਚਨਬੰਧ ਹੈ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਦੇ ਲਈ? ਲਵਾਂਗੇ ਇਸ ਸਵਾਲ ਦਾ ਜਵਾਬ, ਬਲਜਿੰਦਰ ਸਿੰਘ ਸ਼ਮੀ ਜੀ ਮੇਰੇ ਨਾਲ ਮੌਜੂਦ ਹਨ, ਲਵਾਂਗੇ ਇਸ ਸਵਾਲ ਦਾ ਜਵਾਬ ਇਸ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਗੱਲ ਕਰ ਰਹੇ ਸੀਗੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ, ਔਰ ਮੇਰੇ ਨਾਲ ਬਲਜਿੰਦਰ ਸਿੰਘ ਸ਼ਮੀ ਮੌਜੂਦ ਹਨ, ਬੀਜੇਪੀ ਦੇ ਓਵਰਸੀਜ਼ ਫਰੈਂਡਸ ਦੇ ਜਿਹੜੇ ਬੁਲਾਰੇ ਹਨ ਮੈਰੀਲੈਂਡ ਤੋਂ। ਉਹਨਾਂ ਤੋਂ ਸਵਾਲ ਪੁੱਛਿਆ ਜਾ ਰਿਹਾ ਸੀਗਾ ਕਿ ਕੀ ਇਨ ਫਿਊਚਰ ਗੋਇੰਗ ਫਰਦਰ ਅਗਰ ਅਸੀਂ ਦੇਖੀਏ ਤਾਂ ਕੋਈ ਅਜਿਹੇ ਹਾਲਾਤ ਬਣਨਗੇ ਕਿ ਜਿਹਦਾ ਖਾਮਿਆਜ਼ਾ ਕਰਤਾਰਪੁਰ ਕੋਰੀਡੋਰ ਨੂੰ ਭੁਗਤਣਾ ਪੈ ਸਕਦਾ ਹੈ। ਸ਼ਮੇ ਜੀ, ਹੋਪ ਕਿ ਤੁਸੀਂ ਸਾਡੇ ਨਾਲ ਬਣੇ ਹੋਏ ਹੋ। ਹਾਂਜੀ ਹਾਂਜੀ ਜੀ। ਸੋ ਜੇਕਰ ਅਸੀਂ ਹੁਣ ਇਨ ਫਿਊਚਰ ਦੀ ਗੱਲ ਕਰੀਏ, ਨਵੰਬਰ ਤੱਕ ਜਿਹੜੀ ਇਹ ਗੱਲ ਤਜਵੀਜ਼ ਜਿਹੜੀ ਹੈ ਸਾਫ਼ ਹੋ ਜਾਏਗੀ, ਪਰ ਤੁਹਾਨੂੰ ਕੀ ਲੱਗਦਾ? ਦੇਖੋ ਜੀ, ਮੈਨੂੰ ਪੂਰੀ ਉਮੀਦ ਹੈ ਦੋਨੋਂ ਗਵਰਨਮੈਂਟ ਚਾਹੁੰਦੀਆਂ ਕਿ ਇਹ ਪੀਸ ਇਹ ਕੋਰੀਡੋਰ ਖੁੱਲ੍ਹੇ, ਅਤੇ ਇਹ ਕੋਰੀਡੋਰ ਪੀਸ ਕੋਰੀਡੋਰ ਹੋਏਗਾ, ਮਾਹੌਲ ਸ਼ਾਂਤੀ ਦਾ ਬਣੇਗਾ ਅਤੇ ਦੋਨੋਂ ਮੁਲਕਾਂ ਦਾ ਵਪਾਰ ਵੀ ਵਧੇਗਾ ਇਸ ਕੋਰੀਡੋਰ ਦੇ ਨਾਲ। ਹਜੇ ਬੰਦ ਹੈ, ਤੁਹਾਨੂੰ ਲੱਗਦਾ ਕਿ ਦੋਵਾਂ ਮੁਲਕਾਂ ਦੇ ਵਿੱਚ ਮੁੜ ਤੋਂ ਰਿਲੇਸ਼ਨਸ਼ਿਪ ਸੁਧਰਨਗੇ? ਮੈਨੂੰ ਪੂਰੀ ਉਮੀਦ ਹੈ। ਹੁਣ ਤੁਸੀਂ ਦੇਖੋ, ਬੇਸ਼ੱਕ ਸਾਡੀ ਆਪਸ ਦੇ ਵਿੱਚ ਇੰਡੀਆ ਪਾਕਿਸਤਾਨ ਦੀ ਕੋਲਡ ਵਾਰ ਚੱਲ ਰਹੀ ਹੈ ਜੀ, ਪਰ ਕੋਰੀਡੋਰ ਦੇ ਮਾਮਲੇ ਦੇ ਉੱਤੇ ਦੋਨੋਂ ਗਵਰਨਮੈਂਟ ਵਚਨਬੰਧ ਹੈ ਕਿ ਇਹ ਕੰਟੀਨਿਊ ਮੀਟਿੰਗਸ ਹੋ ਰਹੀਆਂ, ਦੋਨੋਂ ਪਾਸਿਆਂ ਦੇ ਜਿਹੜੇ ਅਫੀਸ਼ੀਅਲਸ ਆ ਉਹ ਮਿਲ ਰਹੇ ਹੈਗੇ ਇਸ ਲਈ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਦੋਨੋਂ ਗਵਰਨਮੈਂਟ ਹੀ ਚਾਹੁੰਦੀਆਂ ਹੈ ਕਿ ਕੋਰੀਡੋਰ ਖੁੱਲ੍ਹੇ, ਤੇ ਕੋਰੀਡੋਰ ਜ਼ਰੂਰ ਖੁੱਲੇਗਾ, ਇਸ 'ਚ ਕੋਈ ਰੁਕਾਵਟ ਨਹੀਂ। ਆਫੀਸਰਸ ਦੀ ਗੱਲ ਸਾਹਮਣੇ ਆ ਰਹੀ ਹੈ, ਉਹ ਕੀ ਕੁਝ, ਜੇਕਰ ਉਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੋਵੇ? ਕਿਸ ਚੀਜ਼ ਬਾਰੇ? ਪ੍ਰੋਟੋਕੋਲ ਆਫੀਸਰਸ ਲਿਜਾਉਣ ਦੀ ਗੱਲ ਕਹੀ ਜਾ ਰਹੀ ਹੈ ਭਾਰਤ ਪੱਖੋਂ, ਔਰ ਭਾਰਤ ਇਸ ਗੱਲ ਨੂੰ ਮੰਨਦਾ ਕਿ ਪ੍ਰੋਟੋਕੋਲ ਆਫੀਸਰ ਜਿਹੜੇ ਨੇ ਉਹ ਨਾਲ ਜਾਣੇ ਚਾਹੀਦੇ ਹਨ ਸ਼ਰਧਾਲੂਆਂ ਦੇ। ਮੇਰਾ ਖਿਆਲ ਕੋਈ ਵੱਡੀ ਗੱਲ ਵੀ ਨਹੀਂ ਜੇ ਨਾਲ ਵੀ ਚਲੇ ਜਾਣਗੇ, ਪਰ ਦੇਖੋ ਪਾਕਿਸਤਾਨ ਨੇ ਸਾਡੀਆਂ ਆਲਮੋਸਟ 99% ਮੰਗਾਂ ਮੰਨ ਲਈਆਂ ਹੈਗੀਆਂ, ਜੋ ਜੋ ਵੀ ਇਹਨਾਂ ਨੇ ਡਿਮਾਂਡਸ ਕੀਤੀਆਂ ਸੀ ਆਪਣੀ ਗਵਰਨਮੈਂਟ ਇੰਡੀਅਨ ਗਵਰਨਮੈਂਟ ਨੇ, ਤੇ 99% ਪਾਕਿਸਤਾਨ ਨੇ ਉਹ ਡਿਮਾਂਡਸ ਇਹਨਾਂ ਦੀ ਮੰਨ ਲਈ ਹੈ। ਓਕੇ ਬਲਜਿੰਦਰ ਜੀ, ਕਈ ਸਾਰੀ ਸੰਸਥਾਵਾਂ ਹਨ ਜੋ ਕਿ ਆਪਣੀ ਆਈਡੀਓਲੋਜੀ ਦੀ ਗੱਲ ਵੀ ਪਾਕਿਸਤਾਨ ਦੇ ਵਿੱਚ ਕਰਨਗੀਆਂ, ਭਾਵੇਂ ਉਹ ਸਿੱਖ ਫੋਰ ਜਸਟਿਸ ਹੋਵੇ, ਰੈਫਰੈਂਡਮ 2020 ਦੀ ਗੱਲ ਵੀ ਕਹੀ ਜਾ ਰਹੀ ਹੈ ਕਿ ਉੱਥੇ ਹੋਵੇਗੀ, ਖਾਲਿਸਤਾਨ ਦੀ ਗੱਲ ਵੀ ਉੱਥੇ ਸੁਣਨ ਨੂੰ ਮਿਲ ਸਕਦੀ ਹੈ ਪਾਕਿਸਤਾਨ ਦੇ ਵਿੱਚ, ਅਤੇ ਉਸ ਤਰੀਕੇ ਇਹਨਾਂ ਗੱਲਾਂ ਨੂੰ ਲੈ ਕੇ ਕੀ ਕੁਝ ਡਾਇਲੋਗ ਹੋਇਆ ਭਾਰਤ ਸਰਕਾਰ ਦਾ ਤੇ ਪਾਕਿਸਤਾਨ ਸਰਕਾਰ ਦੇ ਵਿਚਾਲੇ? ਦੇਖੋ, ਇਸ ਮਾਮਲੇ ਤੇ ਭਾਰਤ ਗਵਰਨਮੈਂਟ ਦੀ ਡਿਮਾਂਡ ਸੀ ਵੀ ਜਿਹੜੇ ਚਾਵਲਾ ਸਾਹਿਬ ਆ ਉੱਥੇ ਵੀ ਉਹ ਖਾਲਿਸਤਾਨ ਬਾਰੇ ਬੋਲਦੇ ਹੈਗੇ, ਤੇ ਉਹਨਾਂ ਨੂੰ ਜਿਹੜੀ ਪ੍ਰਬੰਧਕ ਕਮੇਟੀ ਆ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਰਿਮੂਵ ਕੀਤਾ ਜਾਵੇ। ਪਾਕਿਸਤਾਨ ਨੇ ਇਮੀਡੀਏਟਲੀ ਉਹਨਾਂ ਨੂੰ ਰਿਮੂਵ ਕਰਤਾ ਹੈਗਾ, ਤੇ ਪਾਕਿਸਤਾਨ ਨੇ ਇਹ ਵੀ ਕਿਹਾ ਹੈਗਾ ਇੱਥੇ ਕੋਈ ਖਾਲਿਸਤਾਨ ਦਾ ਪ੍ਰਚਾਰ ਨਹੀਂ ਹੋਏਗਾ, ਤੇ ਉਹ ਪੂਰੇ ਵਚਨਬੰਧ ਹੈ, ਉੱਥੋਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਏਗੀ। ਪਰ ਜੇਕਰ ਅਸੀਂ ਪਾਕਿਸਤਾਨ ਦੇ ਵਿੱਚ ਗੱਲ ਕਰੀਏ ਤਾਂ ਕੰਪੇਨਿੰਗ ਤਾਂ ਬੜੇ ਹੀ ਹੱਲਾਸ਼ੇਰੀ ਨਾਲ ਉੱਥੇ ਵੇਖਣ ਨੂੰ ਮਿਲ ਰਹੀ ਹੈ ਰੈਫਰੈਂਡਮ 2020 ਦੀ। ਉਹ ਤੁਹਾਨੂੰ ਪਿਛਲੇ ਸਾਲ ਮਿਲ ਰਹੀ ਸੀ, ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਨੇ ਸਾਰਾ ਕੁਝ ਉਹ ਬੈਨ ਕੀਤਾ ਹੈਗਾ ਵੀ ਇੱਥੋਂ ਨਹੀਂ ਕੋਈ ਪ੍ਰਾਪੋਗੰਡਾ ਹੋਏਗਾ ਖਾਲਿਸਤਾਨ ਦਾ। ਤੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਅੱਜ ਹੀ ਕੋਈ ਗੱਲ ਵੇਖਣ ਨੂੰ ਨਹੀਂ ਮਿਲੇਗੀ? ਬਿਲਕੁਲ ਨਹੀਂ ਹੋਏਗੀ। ਦੇਖੋ ਜੀ, ਪਾਕਿਸਤਾਨ ਗਵਰਨਮੈਂਟ ਚਾਹੁੰਦੀ ਹੈਗੀ ਵੀ ਇਸ ਤਰ੍ਹਾਂ ਦਾ ਪ੍ਰਾਪੋਗੰਡਾ ਨਹੀਂ ਹੋਏ, ਕਿਉਂਕਿ ਇੰਡੀਆ ਦੀ ਥਿੰਕ ਦਿਸ ਇਜ਼ ਅ ਪ੍ਰਾਪੋਗੰਡਾ। ਡੂ ਯੂ ਥਿੰਕ ਰੈਫਰੈਂਡਮ 2020 ਇਜ਼ ਪ੍ਰਾਪੋਗੰਡਾ, ਟਾਕਿੰਗ ਅਬਾਊਟ ਖਾਲਿਸਤਾਨ ਇਜ਼ ਪ੍ਰਾਪੋਗੰਡਾ? ਹਾਂਜੀ, ਉਹ ਜੋ ਇਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਕਿਹਾ ਸੀ ਵੀ ਖਾਲਿਸਤਾਨ ਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ, ਤੇ ਉਹਨਾਂ ਨੇ ਉਹ ਸਾਰੀ ਡਿਮਾਂਡ ਸਾਡੀ ਮੰਗ ਲਈ ਮੰਨੀ ਹੈਗੀ ਪਾਕਿਸਤਾਨ ਗਵਰਨਮੈਂਟ ਨੇ, ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਐਸੀ ਗੱਲ ਹੋਏਗੀ। ਜੋ ਇੰਡੀਅਨ ਮੀਡੀਆ ਉਹ ਜ਼ਰੂਰ ਉਛਾਲਦਾ ਛੋਟੀ ਛੋਟੀ ਗੱਲ ਨੂੰ, ਉਸ ਤੇ ਅਸੀਂ ਉਸ ਤੇ ਜ਼ਿਆਦਾ ਗੌਰ ਨਾ ਦੇਈਏ ਤਾਂ ਅੱਛਾ। ਆਈ ਥਿੰਕ ਇੱਕ ਗੱਲ ਅਗਰ ਤੁਹਾਨੂੰ ਹੋਰ ਪਤਾ ਹੋਏ, ਇੱਕ ਡੋਜ਼ੀਅਰ ਵੀ ਦਿੱਤਾ ਗਿਆ ਹੈ ਪਾਕਿਸਤਾਨ ਦੀ ਸਰਕਾਰ ਨੂੰ, ਜੋ ਖਾਲਿਸਤਾਨੀ ਸਮਰਥਕ ਹਨ ਭਾਵੇਂ ਉਹ ਭਾਰਤ ਦੇ ਵਿੱਚ ਰਹਿੰਦੇ ਹਨ ਭਾਵੇਂ ਉਹ ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਹਨ, ਉਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਕਿ ਉਹ ਡੋਜ਼ੀਅਰ ਦੇ ਵਿੱਚ ਕੀ ਕੁਝ ਪ੍ਰਸਤਾਵ ਰੱਖਿਆ ਗਿਆ? ਨਹੀਂ, ਮੈਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ, ਮੈਨੂੰ ਇਹ ਪਹਿਲੀ ਵਾਰੀ ਮੈਂ ਸੁਣ ਰਿਹਾ ਤੁਹਾਡੇ ਕੋਲੋਂ ਵੀ ਕੋਈ ਡੋਜ਼ੀਅਰ ਵੀ ਦਿੱਤਾ ਗਿਆ, ਮੈਨੂੰ ਕੋਈ ਜਾਣਕਾਰੀ ਨਹੀਂ ਉਸ ਬਾਰੇ। ਮੈਂ ਚਾਹਾਂਗਾ ਸ਼ਮੀ ਜੀ ਇੱਕ ਵਾਰੀ ਉਹਦੇ ਉੱਤੇ ਵੀ ਤੁਸੀਂ ਚਾਨਣਾ ਜ਼ਰੂਰ ਪਾ ਲਿਓ ਕਿ ਡੋਜ਼ੀਅਰ ਜਿਹੜਾ ਹੈ ਉਹ ਭਾਰਤ ਪੱਖੋਂ ਦਿੱਤਾ ਗਿਆ ਹੈ
पाकिस्तान की सरकार नूं और उस डोजियर दे विच कई सारी संस्थावां और कई सारे नाम हैं जो कि बकायदा तौर के उत्ते पाकिस्तान भेजे गए हैं। तो चाहवांगे जेकर तुहानूं जानकारी मिलती है तो तुसीं साडे दर्शकां दे सामने भी रखो दे विच कीड़ी कीड़ी ऑर्गनाइजेशनस टॉप 10 लिस्ट दे विच आउंदियां हन। पर जिवें कि तुसीं सानूं दस्सिया कि उत्थे सिर्फ खुले दर्शन दीदार होणगे ते जिहड़ी विचारधारा अपनी गल रखना चाहुंदी है वह पाकिस्तान की धरती के उत्ते नहीं रख सकती, इहदे लई पाकिस्तान भी साथ नहीं देवेगा। बिल्कुल साथ नहीं देगा, ये इंडियन गवर्नमेंट की डिमांड सी तो उन्होंने डिमांड साड़ी मन्नी हैगी ते सानू पूरा विश्वास है और इस डिमांड से भी दृढ़ रहेंगे। तो पाकिस्तान भी चाहता है, इंडियन गवर्नमेंट भी चाहती है भी ये कोरीडोर खुले, ये पीस कोरीडोर होगा, इस नाल पीस का माहौल होगा। तो ठीक है, इट इज वेरी पॉजिटिव फॉर बोथ कंट्री पीस इस दे खुलन दे नाल। मेहरबानी थोड़ी बजेंद्र सिंह शम्मी जी, एंड थैंक यू वेरी मच, तुसी समय दे विच आके सानू पल पल की जानकारी देने हो और सानू अपडेट भी देने हो। एंड यू सैड कि दिस विल बी अ पीस कॉरीडोर एंड इतने हर कोई आके सिर्फ अमन ते शांति की गल करेगा। मेहरबानी थोड़ी साडे नाल जुड़न दे लई। ओके जी, थैंक यू वेरी मच। सो हुण समय हैगा जी थोड़े फोन कॉल्स आ, तुसी सारी चीज़ां वेख लईआं, गल्लां समझ लईआं, सुन लईआं, तो मैं चाहुंदा कि तुसी हुण कॉल करके इस हेठ लिखे नंबर के उत्ते अपने विचार मेरे नाल सांझे करो या फिर तुसी मैनू ईमेल भी कर सकते हो harkeerat@justbroadcasting.com info@justbroadcasting.com दे उत्ते। फिलहाल मैं रुक रहा एक निक्के जे ब्रेक लई और जब ब्रेक तो बाद वापस आवांगा, लवांगा थोड़े फोन कॉल्स, मिलते हैं ब्रेक तो बाद। तो हुण समय जी थोड़े फोन कॉल्स का, लैने असी अपनी पहली कॉल और वेखने कि साडे दर्शक की कुछ सानू दसना चाहते हैं या फिर अपने विचार इस मंच के उत्ते रखना चाहते हैं। सत श्री अकाल जी, तुसी ऑन एयर हो, कौन बोल रहे हो, कितों बोल रहे हो? हैलो 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 सत श्री अकाल जी, तुसी ऑन एयर हो, कौन बोल रहे हो, कितों बोल रहे हो? ਵੀਰਜੀ ਭਾਈ ਜੀ ਖਾਲਸਾ, ਸੇਵ ਭਾਈ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਹੋਰ ਚੀਜ਼ ਦਾ ਪੁਆਇੰਟ ਆਊਟ ਕਰਨਾ ਚਾਹੁੰਦਾ ਜੀ, ਵੀ ਬਲਜਿੰਦਰ ਸਿੰਘ ਕਹਿ ਰਹੇ ਸੀਗੇ ਵੀ $20 ਇਸ ਵੈਰੀ ਲਿਟਲ ਮਨੀ, ਰਾਈਟ, ਬਟ ਬਾਈ ਇੰਡੀਅਨ ਸਟੈਂਡਰਡ ਇਸ ਲਾਟ ਆਫ ਮਨੀ, ਪੀਪਲ ਡੋਂਟ ਮੇਕ ਦੈਟ ਕਾਈਂਡ ਆਫ ਮਨੀ ਜੀ। ਸੋ ਫੀ ਸ਼ੁਡ ਬੀ ਇਨ ਰੁਪੀਜ਼, ਨੋ ਮੋਰ ਦੈਨ $100 ਜੀ। Now, my bad, not $100, 100 rupees only. Ji. And jede loki utthe rehnde ne unhan di income inni nahi hegi bhai oh apna $30 $1500 rupiya they can shove out for that kind of event. Theek hai ji. So that's what I want to say. Theek hai ji, tuhanu lagda ki eh fees jehdi hai $1 or $2 honi chahidi si ki fees zyada hai? So दर्शकों को लगता है कि जी फीस है वो ज़्यादा हैगी है, मेरे नाल होर भी कॉलर्स ने। सत श्री अकाल जी, तुम ऑन एयर हो, कौन बोल रहे हो, कितों बोल रहे हो? हेलो जी, सत श्री अकाल जी, तुम ऑन एयर हो, कौन बोल रहे हो, कितों बोल रहे हो? सत श्री अकाल हरकीरत सिंह जी, मैं मनजिंदर सिंह बोल रहा हूँ वर्जीनिया तो। सत श्री अकाल मनजिंदर सिंह जी, ठीक हो? हाँ जी, बहुत बढ़िया। जी $20 फी है ना, कोई इन्नी नहीं कि $1400-1500 रुपया असी हजूर साहब भी तो जाने कि $5,000-5,000 खर्च के गड्डिया की टिकटा दे के जी, सारी संगत जाती है ਸਾਲਾਂ ਭਰ ਬੁਕਿੰਗ ਪਹਿਲੇ ਕਰਾਉਂਦੇ ਆ। ਹਾਂ, ਹੋ ਸਕਦਾ ਘੱਟ ਕਰਦੇ, ਪਾਕਿਸਤਾਨ ਘੱਟ ਕਰਦੇ, ਬਟ ਉੱਥੇ ਜਾਣਾ ਉਹਨਾਂ ਨੇ ਟੇਕ ਕੇਅਰ ਕਰਨੀ ਸਾਡੀ ਟੂਰਿਸਟਾਂ ਦੀ, ਜਲ ਪਾਣੀ ਛਕਾਉਣਾ ਦੇ ਕੰਚਾਰ ਜਿਵੇਂ ਇੰਡੀਆ ਕੰਚਾਰ। ਸੋ ਯੂ ਥਿੰਕ ਦੈਟਸ ਅ ਗੁੱਡ ਅਮਾਉਂਟ ਆਫ ਮਨੀ ਰੱਖਣੀ ਚਾਹੀਦੀ ਸੀਗੀ ਪਾਕਿਸਤਾਨ? ਹਾਂ ਨਹੀਂ, ਚਲੋ ਘਟਾ ਦੇ ਤੇ ਠੀਕ ਗੱਲ ਆ, ਵਧੀਆ ਅਰਲੀ ਹੋ ਜੂਗਾ, ਰੱਖੀਏ ਤੇ ਠੀਕ ਆ। ਇਹ ਤੇ ਇੰਡੀਅਨ ਗੌਰਮੈਂਟ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। $1500 ਆ ਵੇਖੋ ਨਾ, ਹੁਣ 50-50 lakh ਰੁਪਈਏ ਖਰਚ ਕੇ ਆਪਣੇ ਮੁੰਡੇ ਬਾਹਰ ਵੀ ਤੇ ਆਉਣ ਦੇ ਅਮਰੀਕਾ ਕੈਨੇਡਾ, ਉਹ ਪੈਸਾ ਕਿੱਥੋਂ ਆਉਂਦਾ ਜੀ, ਹਨਾ? ਇੱਥੇ ਸਵਾਲ ਇੱਕ ਵੱਡਾ ਮਨਜਿੰਦਰ ਜੀ ਇਹ ਵੀ ਬਣਦਾ ਹੈ ਕਿ ਨਨਕਾਣਾ ਸਾਹਿਬ ਨੂੰ ਵੀ ਉਹਦਾ ਸੌਂਦਰਿਆਕਰਨ ਕਰਨ ਦੇ ਲਈ ਵੀ ਉੱਥੇ ਵੀ ਲੋੜ ਹੈਗੀ ਹੈ ਫੰਡਸ ਦੀ, ਅਤੇ ਕਿਉਂਕਿ ਨਨਕਾਣਾ ਸਾਹਿਬ ਦੇ ਹਾਲਾਤ ਅਗਰ ਅਸੀਂ ਜ਼ਮੀਨੀ ਪੱਧਰ 'ਤੇ ਵੇਖੀਏ, ਜਿਸ ਤਰੀਕੇ ਦਾ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣਾ ਚਾਹੀਦਾ ਸੀਗਾ ਉਸ ਤਰੀਕੇ ਦਾ ਉੱਥੇ ਨਹੀਂ ਬਣਿਆ, ਭਾਵੇਂ ਅਸੀਂ ਗਲਤੀ ਪਾਕਿਸਤਾਨ ਦੀ ਮੰਨ ਲਈਏ ਜਾਂ ਫਿਰ ਉੱਥੇ ਦੀ ਕਮੇਟੀ ਦੀ ਮੰਨ ਲਈਏ ਜਾਂ ਫਿਰ ਉਹਨਾਂ ਦੇ ਕੋਲ ਫੰਡਸ ਨਹੀਂ ਹੈਗੇ ਜਾਂ ਫਿਰ ਉੱਥੇ ਡੋਨੇਸ਼ਨ ਨਹੀਂ ਮਿਲਦੀ, ਸਾ ਕਿਤੇ ਨਾ ਕਿਤੇ ਅਗਰ ਇਹ ਫੰਡਸ ਜਾਂਦੇ ਹਨ ਤਾਂ ਇਹ ਵੀ ਲੱਗਦਾ ਸੀਗਾ ਕਿ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦਾ ਸੁੰਦਰੀਕਰਨ ਹੋ ਸਕਦਾ। ਨਹੀਂ ਯਾਰ, ਤੁਸੀਂ ਹੁਣ ਲਾਂਘੇ ਦੀ ਗੱਲ ਕਰਨ ਦੇ ਜੇ, ਆ ਜਿਹੜੀ ਵੀਜ਼ੇ ਦੀ ਫੀਸ ਆ ਕੋਈ ਜਾਣਾ ਨਹੀਂ, ਇੱਥੋਂ ਵੀ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਜਾਓ, ਦੱਸੋ ਗੱਡੀ ਦੀ ਟਿਕਟ ਕਿੰਨੀ ਆ? 3-3.5 ਹਜ਼ਾਰ ਦੀ ਹੈ ਇੱਕ,
ਉਹ ਵੀ ਤੇ ਆਮ ਬੰਦਾ ਲੈਂਦਾ ਨਾ ਤੇ 1500 ਰੁਪਈਆ ਨਹੀਂ ਦੇ ਸਕਦਾ ਜੀ ਲਾਂਘੇ ਤੇ ਜਾਣ ਲਈ ਜੀ ਧੰਨਵਾਦ ਮਿਹਰਬਾਨੀ ਤੁਹਾਡੀ ਸੋ ਕਾਫੀ ਸਾਰੇ ਕਾਲਰਸ ਦੇ ਆਪਣੇ ਵਿਚਾਰ ਨੇ ਤੇ ਉਹ ਕਹਿੰਦੇ ਹਨ ਕਿ $20 ਜਿਹੜੀ ਫੀਸ ਹੈ ਉਹਨੂੰ ਅਗਰ ਪਾਕਿਸਤਾਨ ਘਟਾਉਂਦਾ ਤਾਂ ਵਧੀਆ ਹੋਏਗਾ ਤੇ ਲੇਕਿਨ 5000-6000 ਇੰਡੀਆ ਦੇ ਹਿਸਾਬ ਨਾਲ ਕਈ ਸਾਰੇ ਜਿਹੜੇ ਸ਼ਰਧਾਲੂ ਹਨ ਉਹ ਭਾਵੇਂ ਹਜ਼ੂਰ ਸਾਹਿਬ ਜੇਕਰ ਉਹਨਾਂ ਨੂੰ ਜਾਣਾ ਹੋਏ ਜੇਕਰ ਪੰਜਾਬ ਤੋਂ ਹੀ ਤੁਸੀਂ ਅਗਰ ਕਿਸੇ ਵੀ ਸ਼ਹਿਰ ਤੋਂ ਦਰਬਾਰ ਸਾਹਿਬ ਵਿੱਚ ਜਾਂਦੇ ਹੋ ਤਾਂ 2000-2500 ਰੁਪਏ ਇੰਡੀਆ ਦੇ ਜਿਹੜੇ ਨੇ ਉਹ ਆਸਾਨੀ ਨਾਲ ਖਰਚ ਹੋ ਜਾਂਦੇ ਨੇ ਤੇਲ ਪਾਣੀ ਦੇ ਉੱਤੇ ਤਾਂ ਅਗਰ ਜੇਕਰ 1500 ਫੀਸ ਰੱਖੀ ਵੀ ਹੈ ਪਾਕਿਸਤਾਨ ਨੇ ਤਾਂ ਉਹ ਕੋਈ ਵੱਡੀ ਫੀਸ ਨਹੀਂ ਹੈ ਕਿ ਕਈ ਸਾਰੇ ਦਰਸ਼ਕ ਇਸ ਗੱਲ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਲੇਕਿਨ ਸਵਾਲ ਇੱਥੇ ਵੱਡਾ ਇਹ ਬਣਦਾ ਕਿ ਚਲੋ ਹੁਣ ਕਰਤਾਰਪੁਰ ਲਾਂਘਾ ਤਾਂ ਖੁੱਲ੍ਹ ਗਿਆ ਦੋਵੇਂ ਸਰਕਾਰਾਂ ਦੇ ਵਿੱਚ ਇਹ ਕੰਟਰੈਕਟ ਅਸੀਂ ਮੰਨ ਲਈਏ ਇੱਕ ਸਾਲ ਦਾ ਹਜੇ ਹਾਲ ਫਿਲਹਾਲ ਦੇ ਵਿੱਚ ਸਾਈਨ ਹੋ ਗਿਆ ਲੇਕਿਨ ਹੁਣ ਨਨਕਾਣਾ ਸਾਹਿਬ ਦਾ ਕੀ ਨਨਕਾਣਾ ਸਾਹਿਬ ਨੂੰ ਸਾਂਭਣ ਦੇ ਲਈ ਕੌਣ ਸਾਹਮਣੇ ਆਵੇਗਾ ਨਨਕਾਣਾ ਸਾਹਿਬ ਦੇ ਵਿੱਚ ਕਈ ਸਾਰੀ ਸਹੂਲਤਾਂ ਦੀ ਹਜੇ ਵੀ ਲੋੜ ਹੈਗੀ ਹੈ ਉੱਥੇ ਨਨਕਾਣਾ ਸਾਹਿਬ ਦੇ ਵਿੱਚ ਜਿਹੜੇ ਗੁਰਦੁਆਰੇ ਹਨ ਜੋ ਕਿ ਜ਼ਮੀਨੀ ਪੱਧਰ 'ਤੇ ਸਾਨੂੰ ਰਿਪੋਰਟ ਮਿਲੀ ਹੈ ਉਹਨਾਂ ਦੇ ਹਾਲਾਤ ਠੀਕ ਨਹੀਂ ਹਨ ਇਹ ਵੀ ਰਿਪੋਰਟ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ ਕਿ ਜਿੱਥੇ ਨਨਕਾਣਾ ਸਾਹਿਬ ਦਾ ਦਰਬਾਰ ਹਾਲ ਹੈ ਉੱਥੇ ਥੱਲੇ ਜਿਹੜਾ ਬੇਸਮੈਂਟ ਤੋਂ ਨਾਲਾ ਵੀ ਨਿਕਲਦਾ ਹੈ ਇਹ ਇੱਕ ਵੱਡੀ ਖਬਰ ਵੀ ਸਾਹਮਣੇ ਆਈ ਹੈ ਇਹਦੇ ਰੈਲੇਵੈਂਸ ਫੈਕਟਸ ਵੀ ਅਸੀਂ ਤੁਹਾਡੇ ਸਾਹਮਣੇ ਬਹੁਤ ਜਲਦੀ ਰੱਖਾਂਗੇ ਔਰ ਇਹਨੂੰ ਵੀ ਸਾਹਮਣੇ ਲੈ ਕੇ ਆਵਾਂਗੇ ਸਾਡੀ ਟੀਮ ਉਹਦੇ ਉੱਤੇ ਵੀ ਕੰਮ ਕਰ ਰਹੀ ਹੈ ਲੇਕਿਨ ਇਹ ਗੱਲ ਦੀ ਪੁਸ਼ਟੀ ਵੀ ਅਸੀਂ ਕਰਾਂਗੇ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਅਤੇ ਕਈ ਸਾਰੀ ਹੋਰ ਗੱਲਾਂ ਦੀ ਵੀ ਲੋੜ ਹੈਗੀ ਹੈ ਉੱਥੇ ਬਿਲਡਿੰਗਸ ਜਿਹੜੀ ਹੈ ਉਹਨਾਂ ਦਾ ਡਿੱਗ ਸਕਦੀਆਂ ਹਨ ਔਰ ਸਰੋਵਰ ਜਿਹੜਾ ਉਹਦੀ ਵੀ ਮੁਰੰਮਤ ਦਾ ਕੰਮ ਚਾਹੀਦਾ ਅਤੇ ਇਹਨੂੰ ਕੌਣ ਵੇਖ ਰਿਹਾ ਕਰਤਾਰਪੁਰ ਲਾਂਘਾ ਤਾਂ ਖੁੱਲ੍ਹ ਗਿਆ ਲੇਕਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜ਼ਿੰਦਗੀ ਦੇ 14-15 ਸਾਲ ਗੁਜ਼ਾਰੇ ਸੀਗੇ ਉਸ ਧਰਤੀ ਨੂੰ ਕੌਣ ਵੇਖ ਰਿਹਾ ਇਹ ਇੱਕ ਵੱਡਾ ਸਵਾਲ ਬਣਦਾ ਜੇਕਰ ਕੋਈ ਵੀ ਔਰਗਨਾਈਜੇਸ਼ਨ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਵਿੱਚ ਕੰਮ ਕਰ ਰਹੀ ਹੈ ਇਸ ਮੁਤਲਕ ਅਤੇ ਮੈਂ ਚਾਹਾਂਗਾ ਤੁਸੀਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਸਾਨੂੰ ਜ਼ਰੂਰ ਜਾਣਕਾਰੀ ਦਿਵੋ ਜਾਂ ਫਿਰ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ harkeerat@justbroadcasting.com info@justbroadcasting.com ਦੇ ਉੱਤੇ ਅਤੇ ਕਰਤਾਰਪੁਰ ਕੋਰੀਡੋਰ ਦਾ ਮਸਲਾ ਕਾਫੀ ਲੰਬੇ ਸਮੇਂ ਤੋਂ ਭਗਦਾ ਜਾ ਰਿਹਾ ਸੀਗਾ ਔਰ ਅਸੀਂ ਇਸ ਇਸ਼ੂ ਨੂੰ ਤੁਹਾਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੇ ਚੱਕਦੇ ਰਹੇ ਔਰ ਕੋਸ਼ਿਸ਼ ਕਰਦੇ ਰਹੇ ਕਿ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਹੈ ਉਹ ਦਿੰਦੇ ਰਹੀਏ ਹੁਣ ਜਿਹੜੀ ਆਲਾ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਫਿਲਹਾਲ $20 ਨੂੰ ਲੈ ਕੇ ਜਿਹੜਾ ਇਤਰਾਜ਼ ਸੀਗਾ ਭਾਰਤ ਵੱਲੋਂ ਉਹ ਜਿਤਾਇਆ ਗਿਆ ਸੀਗਾ ਹੁਣ ਦਰਸ਼ਕ ਵੀ ਇਸ ਗੱਲ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਕੋਈ ਵੱਡੀ ਗੱਲ ਨਹੀਂ ਹੈਗੀ ਖੈਰ ਹੁਣ ਜਿਹੜਾ ਸਵਾਲ ਸਭ ਤੋਂ ਵੱਡਾ ਇਹ ਬਣਦਾ ਸੀਗਾ ਜੋ ਕਿ ਅਸੀਂ ਬਲਜਿੰਦਰ ਸਿੰਘ ਸ਼ੰਮੀ ਹੋਰਾਂ ਨੂੰ ਵੀ ਪੁੱਛਿਆ ਸੀਗਾ ਉਹਨਾਂ ਨੇ ਸਾਨੂੰ ਇਹ ਦੱਸਿਆ ਸੀ ਕਿ ਜਿਹੜੇ ਆਈਡੀਓਲੋਜੀ ਭਾਰਤ ਪ੍ਰਤੀ ਆਪਣਾ ਹੱਥ ਨਹੀਂ ਰੱਖਦੀਆਂ ਜਾਂ ਫਿਰ ਆਪਣਾ ਝੁਕਾਵ ਨਹੀਂ ਰੱਖਦੀਆਂ ਜਿਨ੍ਹਾਂ ਵਿੱਚ ਮੈਂ ਰੈਫਰੈਂਡਮ 2020 ਖਾਲਿਸਤਾਨ ਦੀ ਗੱਲ ਕੀਤੀ ਸੀਗੀ ਉਹਨਾਂ ਨੇ ਇਹ ਤਸਵੀਰ ਸਾਫ਼ ਕੀਤੀ ਹੈ ਕਿ ਉਹਨਾਂ ਨੂੰ ਐਂਟਰਟੇਨ ਉਸ ਧਰਤੀ ਦੇ ਉੱਤੇ ਨਹੀਂ ਕੀਤਾ ਜਾਏਗਾ ਇੱਕ ਇਹ ਵੀ ਕੇਂਦਰ ਸਰਕਾਰ ਵੱਲੋਂ ਯਾਨੀ ਕਿ BJP ਵੱਲੋਂ ਪਾਕਿਸਤਾਨ ਦੀ ਸਰਕਾਰ ਨੂੰ ਇਹ ਪ੍ਰਸਤਾਵ ਰੱਖਿਆ ਗਿਆ ਸੀਗਾ ਔਰ ਜਿਵੇਂ ਬਲਜਿੰਦਰ ਸਿੰਘ ਸ਼ੰਮੀ ਹੋਰਾਂ ਨੇ ਦੱਸਿਆ ਕਿ ਪਾਕਿਸਤਾਨ ਨੇ ਇਸ ਗੱਲ ਨੂੰ ਮਨਜ਼ੂਰ ਕਰ ਲਿਆ ਹੈ ਕਿ ਗੋਪਾਲ ਚਾਵਲਾ ਵਰਗੇ ਜੋ ਕਿ ਉੱਥੇ ਖਾਲਿਸਤਾਨ ਦੀ ਗੱਲ ਕਰਦੇ ਹਨ ਭਾਰਤ ਨੂੰ ਤੋੜਨ ਦੀ ਗੱਲ ਕਰਦੇ ਹਨ ਉਹਨਾਂ ਨੂੰ ਪਾਕਿਸਤਾਨ ਗਵਰਨਮੈਂਟ ਐਂਟਰਟੇਨ ਨਹੀਂ ਕਰੇਗੀ ਨਨਕਾਣਾ ਸਾਹਿਬ ਵਿਖੇ ਵੱਡੇ ਸਵਾਲ ਬਣਦੇ ਸੀ ਜਿਹਦੇ ਉੱਤੇ ਲੋਕਾਂ ਨੇ ਆਪਣੇ ਪ੍ਰਤੀਕਰਮ ਦਿੱਤੇ ਕਾਫੀ ਸਾਰੇ ਲੋਕ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਵੀ ਰਹੇ ਹਨ ਉਹਨਾਂ ਨੂੰ ਅਸੀਂ ਲਵਾਂਗੇ ਜ਼ਰੂਰ ਲੇਕਿਨ ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਲਵਾਂਗਾ ਤੁਹਾਡੇ ਫੋਨ ਕਾਲਸ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੇਰੇ ਨਾਲ ਕਾਫੀ ਸਾਰੇ ਕਾਲਰਸ ਜੁੜੇ ਹੋਏ ਹਨ ਜੋ ਕਿ ਆਪਣੇ ਵਿਚਾਰ ਇਸ ਮੰਚ ਦੇ ਉੱਤੇ ਰੱਖਣਾ ਚਾਹੁੰਦੇ ਹਨ ਸੁਣ ਲੈਂਦੇ ਹਾਂ ਉਹ ਕੀ ਕੁਝ ਕਹਿਣਾ ਚਾਹੁੰਦੇ ਹਨ ਅੱਜ ਦੇ ਇਸ ਮਸਲੇ ਬਾਰੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਮੈਂ ਜੀ ਡਾਕਟਰ ਪ੍ਰੇਰਾ ਸਿੰਘ ਲਾਸ ਨੇ ਗੱਲ ਕਰ ਰਿਹਾ ਤੁਹਾਨੂੰ ਸਤਿ ਸ਼੍ਰੀ ਅਕਾਲ ਡਾਕਟਰ ਸਿੰਘ ਧੰਨਵਾਦ ਤੁਹਾਡਾ ਕਿ ਤੁਸੀਂ ਇਹ ਨਾਨਕਲੇਵਾ ਨੂੰ ਇਹ ਸਾਰੀ ਸੂਚਨਾ ਦੇ ਰਹੇ ਹੋ ਜੀ ਤੁਸੀਂ ਦੱਸਿਆ ਕਿ 10000 ਵੀਜ਼ੇ ਮਿਲ ਚੁੱਕੇ ਨੇ ਜੀ ਤੇ $10,000 ਦੇ $15 ਉਹਨਾਂ ਨੇ ਇੱਕ ਲਾਇਆ ਹੈਗਾ $20 ਹਾਂਜੀ ਹਾਂਜੀ $20 ਜੀ $20 ਉਹਨਾਂ ਨੇ ਲਾਇਆ ਤੇ 5000 ਸ਼ਰਧਾਲੂ ਜਿਹੜੇ ਨੇ ਉਹ ਰੋਜ਼ਾਨਾ ਜਾ ਸਕਦੇ ਹਨ ਤਾਂ ਯਾਨੀ ਕਿ ਲਗਭਗ ਲੱਖ ਕੁ ਡਾਲਰ ਹੋ ਗਿਆ ਜੇਕਰ 2500 ਵੀ ਸ਼ਰਧਾਲੂ ਜਾਂਦਾ ਤੇ $50,000 ਡਾਲਰ ਬਣਦਾ ਜੀ ਨਹੀਂ ਨਹੀਂ ਤੇ ਤੁਸੀਂ ਹੁਣ ਕਹਿ ਰਹੇ ਹੋ $15 ਇੱਕ ਵੀਜ਼ੇ ਦੇ ਲੱਗਦੇ ਨੇ
ਜੀ $20 ਨੇ ਸਰਵਿਸ ਫੀਸ ਜਿਹੜੀ ਹੈ ਉਹ ਲਾਈ ਚਲੋ 20 ਲਾ ਲਓ ਫਿਰ ਤੁਸੀਂ ਇਨਫੋਰਮੇਸ਼ਨ ਪੂਰੀ ਦਿਓ ਨਾ 15 ਮੈਂ ਤਾਂ 15 ਤੁਸੀਂ ਹੁਣ ਚਲੋ 20 ਲਾ ਲਓ ਜੀ ਅਸੀਂ 20 ਕਹਿ ਰਹੇ ਹਾਂ ਸ਼ੁਰੂ ਤੋਂ ਡਾਕਟਰ ਸਾਹਿਬ ਅੱਛਾ ਚਲੋ 10,000 ਜਾ ਰਹੇ ਨੇ ਉੱਥੇ ਦੇਖਣ ਵਾਸਤੇ $5,000 ਸ਼ਰਧਾਲੂਆਂ ਨੂੰ ਜਿਹੜਾ ਉਹ ਇਜਾਜ਼ਤ ਦਿੱਤੀ ਗਈ ਹੈ ਰੋਜ਼ਾਨਾ ਜਾ ਸਕਦੇ ਹਨ ਵਿਦ $20 ਪਰ ਹੈਡ ਯੈਸ ਸੋ ਆਈ ਥਿੰਕ ਕਿ ਅਗਰ 2500 ਸ਼ਰਧਾਲੂ ਵੀ ਜਾਂਦਾ ਲੈਟਸ ਸੇ ਕਿ 50% ਵੀ ਜਾਂਦਾ ਤੇ $50,000 ਹੋ ਗਿਆ ਰੋਜ਼ਾਨਾ ਅੱਛਾ ਜੀ ਔਰ ਜੇਕਰ ਮੈਂ ਇਹਨੂੰ ਹੁਣ ਮਹੀਨੇ ਦੇ ਹਿਸਾਬ ਨਾਲ ਜੋੜਦਾ ਤੇ $15,00,000 ਹੋ ਗਿਆ ਯਾਨੀ ਕਿ $1.5 million ਹੋ ਗਿਆ ਜੇ ਅਗਰ ਫੀਸ ਲਗਾਉਂਦੇ ਹਨ ਪਾਕਿਸਤਾਨ ਸਰਵਿਸ ਫੀਸ ਲਗਾਉਂਦੀ ਹੈ ਨਾਲੇ ਵੀ ਦੇ ਰਹੇ ਹੋ ਕਿ ਫੀਸ ਇਹਨਾਂ ਨੇ ਮਾਫ ਕਰ ਦਿੱਤੀ ਸਮਥਿੰਗ ਆਪਣੇ ਇੰਡੀਅਨ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੇ ਇਤਰਾਜ਼ ਜਤਾਇਆ ਡਾਕਟਰ ਸਾਹਿਬ ਕਿ $20 ਫੀਸ ਜਿਹੜੀ ਤੁਸੀਂ ਸਰਵਿਸ ਫੀਸ ਲਾ ਰਹੇ ਹੋ ਸ਼ਰਧਾਲੂਆਂ ਦੇ ਉੱਤੇ ਉਹ ਨਹੀਂ ਲੱਗਣੀ ਚਾਹੀਦੀ ਅੱਛਾ ਅੱਛਾ ਹਜੇ ਫੈਸਲਾ ਨਹੀਂ ਹੋਇਆ ਕੋਈ ਫੈਸਲਾ ਨਹੀਂ ਹੋਇਆ ਇਹਦੇ ਵਿੱਚ ਹਜੇ ਦੁਚਿੱਤੀ ਹੈਗੀ ਹੈ ਅੱਛਾ ਮੈਂ ਇਸ ਕਰਕੇ ਕੱਲ ਕਰ ਰਿਹਾ ਸੀ ਵੀ 15,000 ਜੇ ਕੋਈ ਜਾ ਰਹੇ ਹੈ ਨਾ ਜੀ ਵੀਜ਼ੇ ਦੇ ਦਿੱਤਾ ਹੈਗਾ ਜੀ ਤੇ $20 ਇੱਕ ਵੀਜ਼ੇ ਦੇ ਹੈਗੇ ਤੇ 20,000 ਹੀ ਬਣਿਆ ਨਾ ਜੀ ਦੇਰ ਇਜ਼ ਨੋ ਵੀਜ਼ਾ ਫੀ ਐਜ਼ ਆਫ ਨਾਓ ਦੇਰ ਇਜ਼ ਓਨਲੀ ਸਰਵਿਸ ਫੀ ਓਕੇ ਆਲ ਇਟਸ ਐਜ਼ ਅ ਡਿਸਾਈਡ ਨਹੀਂ ਹੋਇਆ ਆਈ ਥਿੰਕ ਤੁਹਾਡਾ ਤੁਹਾਨੂੰ ਜਾਣਕਾਰੀ ਪੂਰੀ ਪ੍ਰੋਪਰ ਮਿਲ ਗਈ ਹੋਣੀ ਹੈ ਸੈਟਲ ਦੇ ਵਿਚ ਸਬ ਕੁਛ ਹਾਂਜੀ ਸਬ ਵਧੀਆ ਚੱਲ ਰਿਹਾ ਜੀ ਏਦਾਂ ਜੀ ਤੁਸੀਂ ਮੁੱਦਾ ਜਿਹੜਾ ਲਿਆਂਦਾ ਬਹੁਤ ਸੋਹਣਾ ਆ ਜੀ ਤੇ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਆ ਇਹਦੇ ਥਰੂ ਜੀ ਮੇਰੇ ਖਿਆਲ ਚ ਇੰਡੀਆ ਨੂੰ ਇਹਦੇ ਤੇ ਇਤਰਾਜ਼ ਨਹੀਂ ਕਰਨਾ ਚਾਹੀਦਾ ਜੀ ਕਾਰਨ ਇਹ ਹੈ ਵੀ $20 ਜਿਹੜੇ ਹੈਗੇ ਆ ਇਹ ਉਹਨਾਂ ਨੇ ਉਧਰ ਇੰਨਾ ਦੇਖੋ ਡਿਵੈਲਪਮੈਂਟ ਕਰਾਈ ਆ ਸਾਰਾ ਕੁਝ ਸਾਨੂੰ ਤਿਆਰ ਕਰਕੇ ਦੇ ਰਹੇ ਆ ਜੀ ਤੇ ਪਲੱਸ ਜਿਹੜਾ ਹੈਗਾ ਆ ਇੰਡੀਆ ਉਹਨਾਂ ਨੂੰ ਕੀ ਫ੍ਰੀ ਚ ਪ੍ਰੋਵਾਈਡ ਕਰਾ ਰਿਹਾ ਹਨਾ ਜੇ ਉਹਨਾਂ ਦੇ ਜਿੱਦਾਂ ਹੁਣ ਜੇ ਅਜਮੇਰ ਸ਼ਰੀਫ ਨੂੰ ਕਹੀਏ ਵੀ ਉਹ ਕੁਛ ਦੇ ਸਕਦੇ ਆ ਨਾ ਉਹ ਉਧਰੋਂ ਵੀ ਤਾਂ ਆਉਂਦੇ ਆ ਦੇਖਣ ਜੀ ਤੇ ਇਹ ਕੁਛ ਉਹਨਾਂ ਨੂੰ ਫ੍ਰੀ ਦਿੰਦੇ ਆ ਨਹੀਂ ਦਿੰਦੇ ਪਰ ਮੈਂ ਤਾਂ ਇਹ ਕਹਿੰਦਾ ਚਲੋ ਅਸੀਂ ਸਾਡੇ ਪਿੰਡਾਂ ਦੇ ਵਿੱਚੋਂ ਅਸੀਂ 15-20 NRI ਇੱਕ ਪਿੰਡ ਦੇ ਵਿੱਚ ਹੈਗੇ ਆ ਜੇ ਸਾਡੇ ਗਰੀਬ ਬੰਦੇ ਉੱਥੇ ਦਰਸ਼ਨ ਕਰਨ ਜਾਣਾ ਚਾਹੁੰਦੇ ਆ ਅਸੀਂ ਪੇ ਕਰ ਸਕਦੇ ਉਹਨਾਂ ਦਾ ਰਾਈਟ ਤੇ $20 ਅਗਰ ਇੱਥੇ ਜਾਇਜ਼ ਆ ਜੀ ਜਾਇਜ਼ ਆ ਬਿਲਕੁਲ ਜਾਇਜ਼ ਆ ਉਹ ਮੈਂ ਕਹਿੰਦਾ ਬਿਲਕੁਲ ਉਹ ਜਿਹੜੇ ਬਹੁਤ ਹੀ ਜਾਇਜ਼ ਹੈਗੇ ਆ ਕੋਈ ਉਹਦੇ ਵਿੱਚ ਇਹਨਾਂ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਔਰ ਕਿਉਂਕਿ ਇਹ ਇੰਡੀਆ ਤਾਂ ਤੁਸੀਂ ਇਹ ਦੇਖੋ ਆਪਣੇ ਹੱਥਾਂ ਤੋਂ ਕੁਝ ਦੇ ਨਹੀਂ ਰਿਹਾ ਇਹ ਤਾਂ ਸਿੱਖਾਂ ਨੂੰ ਵਰਤ ਕੇ ਸਗੋਂ ਮੈਨੂੰ ਲੱਗਦਾ ਉਹਨਾਂ ਨੂੰ ਥੱਲੇ ਹਰ ਹੱਦ ਤੱਕ ਉਹਨਾਂ ਨੂੰ ਮਨਾਉਣਾ ਚਾਹੁੰਦੇ ਵੀ ਹਾਂ ਵੀ ਆਹ ਵੀ ਮੰਨੋ ਸਾਡੀ ਆਹ ਵੀ ਮੰਨੋ ਓਕੇ ਠੀਕ ਹੈ ਜੀ ਹਾਂਜੀ ਤਾਂ ਉਹਦੇ ਕਰਕੇ ਜਿਹੜਾ ਹੈਗਾ ਮੇਰੇ ਹਿਸਾਬ ਨਾਲ ਸਾਰਾ ਕੁਝ ਠੀਕ ਆ ਜੀ ਇੰਡੀਆ ਜਿਹੜਾ ਹੈਗਾ ਇਸ ਚੀਜ਼ 'ਤੇ ਮੈਂ ਤਾਂ ਉਹਨਾਂ ਨੂੰ ਗਲਤ ਕਹਾਂਗਾ ਤੇ ਪਾਕਿਸਤਾਨ ਨੇ $20 ਰੱਖੀ ਹੈ ਉਹ ਰੱਖਣ ਕੋਈ ਦਿੱਕਤ ਵਾਲੀ ਗੱਲ ਰੱਖਣ ਜੀ ਉਹ ਆਈ ਲਾਈਕ ਯੋਰ ਆਈਡੀਆ ਉਹਨਾਂ ਨੇ ਦੇਖੋ ਇੰਨਾ ਜਿਹੜਾ ਹੈਗਾ ਇੰਨਾ ਇਨਫਰਾਸਟ੍ਰਕਚਰ ਉਹਨਾਂ ਨੇ ਡਿਵੈਲਪ ਕੀਤਾ ਆ ਜੀ ਉਹਨਾਂ ਨੇ ਖਰਚਾ ਕੀਤਾ ਚਲੋ ਉਹਨਾਂ ਨੂੰ ਕੋਈ ਇਨਕਮ ਵੀ ਹੋਣੀ ਚਾਹੀਦੀ ਆ ਜੀ ਔਰ ਸਾਨੂੰ ਸਹੂਲਤਾਂ ਵੀ ਦੇਣਗੇ ਉਹ ਜੇ ਉਹ ਕੁਛ ਲੈਣਗੇ ਨਹੀਂ ਸਾਨੂੰ ਸਹੂਲਤ ਕਿੱਦਾਂ ਦੇਣਗੇ ਉਹ ਜੀ ਮਿਹਰਬਾਨੀ ਤੁਹਾਡੀ ਮਨਜੀਤ ਸਿੰਘ ਜੀ ਮੇਰੇ ਨਾਲ ਹੋਰ ਵੀ ਕਾਲਰਸ ਨੇ ਉਹਨਾਂ ਦੇ ਵੀ ਵਿਚਾਰ ਆਪਾਂ ਸੁਣ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਲਾਈਨ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੋਂ ਕੈਲੀਫੋਰਨੀਆ ਤੋਂ ਬੋਲਦੀ ਹਾਂ ਸੰਦੀਪ ਜੀ ਸੁਰਜੀਤ ਜੀ ਮੈਂ ਕਹਿੰਦੀ ਹਾਂ $20 ਉਹਨੇ ਲਾਇਆ ਕੋਈ ਗੱਲ ਨਹੀਂ ਆਪਾਂ ਗੁਰੂ ਦੇ ਦਰਸ਼ਨ ਕਰਨ ਜਾ ਰਹੇ ਹਾਂ $20 ਕੋਈ ਗੱਲ ਨਹੀਂ ਜੀ 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 ਹਾਂਜੀ ਜਿਵੇਂ ਹੁਣ ਆਪਾਂ ਇੰਨਾ ਉਹਨੇ ਉਧਰੋਂ ਰਿਪੇਅਰ ਕਰਕੇ ਆਪਾਂ ਨੂੰ ਇੰਨਾ ਪੈਸਾ ਖਰਚਾ ਕਰਕੇ ਦੇਣਾ ਆ ਤਾਂ ਜੇ $20 ਉਹਨੇ ਲਾਇਆ ਕੋਈ ਗੱਲ ਨਹੀਂ ਆਪਾਂ ਉਸ ਗੁਰੂ ਦੇ ਦਰਸ਼ਨ ਕਰਨ ਜਾਣਾ ਆ $20 ਕੁਛ ਵੀ ਨਹੀਂ ਜੀ 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 ਹਾਂਜੀ ਮੈਂ ਤੇ ਇਹਦੇ ਨਾਲ ਐਗਰੀ ਆ ਠੀਕ ਹੈ ਸੁਰਜੀਤ ਕੌਰ ਜੀ ਥੈਂਕ ਯੂ ਸੋ ਮਚ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖੇ ਤੇ ਅਸੀਂ ਕਈ ਸਾਰੇ ਪ੍ਰਤੀਕਰਮ ਜਿਹੜੇ ਨੇ ਉਹ ਵੇਖੇ ਆਪਣੇ ਕਾਲਰਸ ਦੇ ਉਹਨਾਂ ਨੇ ਕਿਹਾ ਕਿ $20 ਜਿਹੜੀ ਫੀਸ ਹੈ ਉਹ ਲਾਜ਼ਮੀ ਹੈਗੀ ਹੈ ਗੁਰੂ ਦੇ ਦਰਸ਼ਨ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਦੇਖਿਆ ਲੇਕਿਨ ਮੈਨੂੰ ਸਭ ਤੋਂ ਵਧੀਆ ਗੱਲ ਮਨਜੀਤ ਸਿੰਘ ਜੀ ਦੀ ਇਹਨਾਂ ਨੇ ਸਿਆਟਲ ਤੋਂ ਸਾਨੂੰ ਕਾਲ ਕੀਤਾ ਸੀਗਾ ਉਹਨਾਂ ਦੀ ਲੱਗੀ ਕਿ ਪਿੰਡਾਂ ਦੇ ਵਿੱਚ ਘੱਟੋ ਘੱਟ ਨਾ ਨਾ ਕਰਦੇ ਹੋਏ 15-20 ਜਾਂ 25 NRI ਜਿਹੜੇ ਨੇ
ਉਹ ਜ਼ਰੂਰ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਹਨ, ਤਾਂ ਉਹ ਕੋਈ ਅਜਿਹੀ ਸੁਵਿਧਾ ਉੱਥੇ ਪ੍ਰਦਾਨ ਕਰਨ ਜਾਂ ਫਿਰ ਕੋਈ ਬੱਸ ਸੇਵਾਵਾਂ ਰੱਖਣ ਕਿ $20 ਜਿਹੜੀ ਫੀਸ ਹੈ ਉਹ ਇੱਥੋਂ ਭੇਜੀ ਜਾ ਸਕੇ, ਤਾਂ ਕਿ ਜਿਹੜੇ ਪਿੰਡ ਦੇ ਲੋਕ ਨੇ ਉਹ ਜਾ ਕੇ ਨਨਕਾਣਾ ਸਾਹਿਬ ਦੇ ਜੇਕਰ ਦਰਸ਼ਨ ਕਰਨਾ ਚਾਹੁੰਦੇ ਹਨ ਅਤੇ ਉਹ ਜਾ ਕੇ ਦਰਸ਼ਨ ਕਰ ਸਕਦੇ ਹਨ। ਔਰ ਸਿੱਖ ਕਨਵੈਨਸ਼ਨ ਦੇ ਵਿੱਚ ਜਦ ਹੋਈ ਸੀਗੀ ਲਾਹੌਰ ਦੇ ਵਿੱਚ, ਤਾਂ ਇਹ ਗੱਲ ਹੀ ਰੱਖੀ ਗਈ ਸੀਗੀ, ਇਮਰਾਨ ਖਾਨ ਜੋ ਕਿ ਪ੍ਰਧਾਨ ਮੰਤਰੀ ਹਨ ਪਾਕਿਸਤਾਨ ਦੇ, ਉਹਨਾਂ ਨੇ ਕਿਹਾ ਸੀਗਾ ਕਿ ਮੈਂ ਚਾਹੁੰਦਾ ਕਿ ਵਿਸ਼ਵ ਤੋਂ ਜਿਹੜੀ ਸੰਗਤ ਹੈ ਉਹ ਪਾਕਿਸਤਾਨ ਦੇ ਵਿੱਚ ਆਏ, ਨਨਕਾਣਾ ਸਾਹਿਬ ਨੂੰ ਵੇਖੇ, ਜੇਕਰ ਉਹਨਾਂ ਨੂੰ ਲੱਗਦਾ ਕਿ ਇੱਥੇ ਨਨਕਾਣਾ ਸਾਹਿਬ ਦੇ ਵਿੱਚ ਇਸ ਸਰਵਿਸ ਦੀ ਲੋੜ ਹੈ ਜਾਂ ਫਿਰ ਕਿਸੇ ਵੀ ਸੁਵਿਧਾ ਦੀ ਲੋੜ ਹੈ, ਸੋ ਵੀ ਵੈਲਕਮ ਐਵਰੀ ਵਨ ਹੇਅਰ ਇਨ ਪਾਕਿਸਤਾਨ, ਅਤੇ ਉਹ ਆ ਕੇ ਸਾਂਭ ਵੀ ਸਕਦੇ ਹਨ। ਅਤੇ ਮੈਨੂੰ ਲੱਗਦਾ ਖੁੱਲ੍ਹਾ ਦਿਲ ਜਿਹੜਾ ਉਹ ਇਮਰਾਨ ਖਾਨ ਨੇ ਰੱਖਿਆ, ਲੇਕਿਨ ਹੁਣ ਭਾਰਤ ਨੇ ਜਿਹੜਾ ਇਤਰਾਜ਼ ਜਤਾਇਆ $20 ਦਾ, ਇਹ ਜਿਹੜੀ ਹੁਣ ਗੱਲ ਹੈ ਕਿੱਥੇ ਤੱਕ ਜਾਂਦੀ ਹੈ ਕਿ ਭਾਰਤ ਇਹਦੇ ਉੱਤੇ ਖੜ੍ਹਾ ਹੀ ਰਹੇਗਾ ਜਾਂ ਫਿਰ ਪਿੱਛੇ ਵੀ ਹਟੇਗਾ, ਜਾਂ ਕਿ ਜੋ ਕਿ ਪਾਕਿਸਤਾਨ ਨੇ ਆਪਣੀ ਸਰਵਿਸ ਫੀਸ ਦੀ ਮੰਗ ਕੀਤੀ ਹੈ ਉਹਨੂੰ ਪਾਕਿਸਤਾਨ ਹਟਾ ਵੀ ਸਕਦਾ, ਅਤੇ ਇੱਕ ਵੱਡੀ ਗੱਲ ਜਿਹੜੀ ਹੈ ਇਨ ਫਿਊਚਰ ਵੇਖਣ ਨੂੰ ਮਿਲ ਸਕਦੀ ਹੈ। ਕਾਲਰਸ ਕਾਫੀ ਸਾਰੇ ਜੁੜੇ ਹੋਏ ਨੇ, ਉਹਨਾਂ ਦੇ ਪ੍ਰਤੀਕਰਮ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੇ ਵਿਚਾਰ ਰੱਖ ਸਕਦੇ ਹੋ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਇਹ ਤਾਂ ਮੈਂ ਆਪਣੀ ਭਾਰਤ ਸਰਕਾਰ ਦਾ ਕਿਸੇ ਤਰੀਕੇ ਹੱਥ ਪਿੱਛੇ ਖਿੱਚਣਾ ਚਾਹੁੰਦੀ ਹੈ, ਕੋਈ ਬਹਾਨਾ ਬਣਾ ਕੇ, ਹੋਰ ਕੋਈ ਗੱਲ ਨਹੀਂ। ਠੀਕ ਹੈ, ਤੁਹਾਨੂੰ ਲੱਗਦਾ ਕਿ ਇਹ ਹਜੇ ਵੀ ਕੋਈ ਨਾ ਕੋਈ ਉਹਨਾਂ ਦੇ ਇੰਟੈਂਸ਼ਨ ਹੈਗੀ ਹੈ ਕਿ ਇਹ ਵਾਲਾ ਅਸੀਂ ਮੁੱਦਾ ਰੱਖ ਦਈਏ ਸਾਹਮਣੇ ਤਾਂ ਕਿ ਪਾਕਿਸਤਾਨ ਪਿੱਛੇ ਹੋ ਜਾਏ? ਉਹਨਾਂ ਨੇ ਦੇਖੋ, ਜਿਨ੍ਹਾਂ ਨੇ ਇੰਨਾ ਕੁਛ ਕੀਤਾ ਉਹਨਾਂ ਨੇ ਅੱਗੇ ਸਹੂਲਤਾਂ ਵੀ ਦੇਣੀਆਂ, ਉਹ ਫਿਰ ਤੁਹਾਨੂੰ ਅੱਗੇ ਨਨਕਾਣਾ ਸਾਹਿਬ ਤੱਕ ਵੀ ਕਹੀ ਜਾਂਦੇ ਆ। ਇਹਨਾਂ ਦੀ ਕੋਸ਼ਿਸ਼ ਆ ਵੀ ਇਹ ਕਿਸੇ ਤਰੀਕੇ ਹੱਥ ਪਿੱਛੇ ਖਿੱਚਿਆ ਜਾਵੇ। ਦੂਜਾ ਇਹਨਾਂ ਨੂੰ ਇਹ ਆ ਵੀ ਇਹ ਕਿਤੇ ਸਿੱਖ ਮੁਸਲਮਾਨਾਂ ਦੇ ਨਜ਼ਦੀਕ ਨਾ ਚਲੇ ਜਾਣ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ ਤੁਹਾਡੀ, ਮਿਹਰਬਾਨੀ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂ ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਾਟਲ ਤੋਂ ਬੋਲਦਾ, ਬਲਦੇਵ ਸਿੰਘ ਸਰਪੰਚ ਬੋਲਦਾ ਮੈਂ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਠੀਕ ਹੋ? ਹਾਂ ਵਧੀਆ ਵਧੀਆ ਜੀ, ਮੈਂ ਥੋੜਾ ਜਿਹਾ ਚ ਕੱਢਣਾ ਚਾਹੁੰਦਾ ਸੀ। ਚੱਲ ਆਪਣੇ $20 ਤਾਂ ਆਪਣੇ ਤੋਂ ਹੋ ਗਏ, ਇੰਡੀਆ ਵਾਲਿਆਂ ਨੂੰ $20 ਗਰੀਬਾਂ ਬੰਦਿਆਂ ਨੂੰ ਬਹੁਤ ਔਖੇ ਆ ਜੀ, $20 ਦੇ ਪੈਸੇ ਬਣਾਈਏ ਤੇ ਕਿੰਨੇ ਬਣਨਗੇ? 1400-1500 ਰੁਪੀਸ ਹੋ ਗਏ ਜੀ ਇੰਡੀਆ ਦੇ ਹਿਸਾਬ ਨਾਲ। ਹਾਂਜੀ ਹਾਂਜੀ, ਤੇ ਉਹ ਫਿਰ ਜੇ ਇੰਡੀਆ ਵਾਲੀ ਜਿਹੜੀ ਗਰੀਬ ਜਨਤਾ ਉਹਨਾਂ ਨੂੰ ਤਾਂ ਬਹੁਤ ਔਖਾ ਵਾ ਦਰਸ਼ਨ ਕਰਨੇ, ਇੰਨੇ ਪੈਸੇ ਭਰਨੇ ਬਹੁਤ ਔਖੇ ਹੋ ਜਾਣਗੇ। ਜੀ ਜੀ ਜੀ, ਆਪਾਂ ਨੂੰ ਤਾਂ ਕੋਈ ਫਰਕ ਨਹੀਂ, ਚੱਲ $20 ਆਪਾਂ ਨੂੰ ਤਾਂ ਕੋਈ ਗੱਲ ਨਹੀਂ, ਮਲੂਮ ਨਹੀਂ ਹੋ ਰਹੀ ਜੀ। ਜਿਹੜੇ ਉੱਥੇ ਗਰੀਬ ਮਤਲਬ ਉਹਨਾਂ ਨੂੰ ਔਖਾ ਬਹੁਤ ਜ਼ਿਆਦਾ, ਉਹਨਾਂ ਨੂੰ ਔਖਾ ਹੋਏਗਾ, ਉਹਨਾਂ ਨੂੰ ਇੰਨੇ ਪੈਸੇ ਨਹੀਂ ਭਰ ਸਕਦੇ, ਬਹੁਤ ਜ਼ਿਆਦਾ ਸਰਵਿਸ ਫੀਸ ਹੈ ਉਹ ਹਟਾਣੀ ਚਾਹੀਦੀ ਹੈ, ਚਾਹੀਦੀ ਤਾਂ ਨਹੀਂ ਚਾਹੀਦੀ। ਜਾਂ ਥੋੜੇ ਬਾਲੇ ਜਾਂ ਰੱਖ ਲੈਣ, ਇੰਡੀਆ ਦੇ ਕੋਈ 100-200 ਰੁਪਇਆ ਰੱਖ ਲੈਣ ਤਾਂ ਫਿਰ ਜਾਇਜ਼ ਆ। ਠੀਕ ਹੈ, ਤੇ ਜੇ ਜਿਹੜੇ ਆਪਣਾ ਅਮਰੀਕਨ ਡਾਲਰ ਤਾਂ ਆਪਾਂ ਜੇ $20 ਦੇ ਹਿਸਾਬ ਨਾਲ ਤਾਂ ਪੈਸੇ ਬਹੁਤ ਜ਼ਿਆਦਾ ਬਣਦੇ ਆ। ਠੀਕ ਹੈ ਜੀ, ਠੀਕ ਹੈ ਜੀ, ਇਹ ਤਾਂ ਹਾਂ ਬੇਨਤੀ ਇਹੋ ਹੀ ਕਰਦੇ ਆ ਵੀ ਥੋੜੇ ਪੈਸੇ ਰੱਖਣ। ਮਿਹਰਬਾਨੀ ਤੁਹਾਡੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਹਾਂਜੀ, ਮੈਂ ਫਿਰ ਦੁਬਾਰਾ ਬੋਲ ਰਿਹਾ ਜੀ, ਮਨਜਿੰਦਰ ਸਿੰਘ ਵਰਜੀਨੀਆ ਤੋਂ। ਸਤਿ ਸ਼੍ਰੀ ਅਕਾਲ ਮਨਜਿੰਦਰ ਜੀ, ਕਾਲਰਾਂ ਨੂੰ ਐਪਰੀਸ਼ੀਏਟ ਕੀਤਾ ਜਿਨ੍ਹਾਂ ਨੇ ਕਿਹਾ $20 ਜਾਇਜ਼ ਪੀਸਾ ਜੀ। ਪਰ ਮੈਂ ਇਹ ਵੀ ਕਹਿੰਦਾ ਕਿ ਜਿਹੜੇ ਇੰਡੀਆ ਬੰਦੇ ਰਹਿੰਦੇ ਆ, ਜਾਂਦੇ ਆ ਨਾ ਦਿੱਲੀ ਅੰਮ੍ਰਿਤਸਰ ਪਟਨਾ, $2,000 $3,000 ਰੁਪਇਆ $3,000 ਗੱਡੀ ਦਾ ਖਰਚ ਕੇ ਜਾਂਦੇ ਆ, ਬਿਲਕੁਲ ਜਾਂਦੇ ਆ। ਪਰ ਜੇ ਪਾਕਿਸਤਾਨ ਹਟਾ ਦੇ ਇਹ ਬਹੁਤ ਵਧੀਆ ਗੱਲ ਹੋਏਗੀ, ਜਾਂ ਘਟਾ ਦੇ, ਪਰ ਇੰਡੀਅਨ ਗੌਰਮੈਂਟ ਨੂੰ ਜੇ ਇਸੇ ਗੱਲ ਤੇ ਇਸ਼ੂ ਬਣਾਇਆ, ਲਾਂਘਾ ਨਾ ਖੋਲਿਆ, ਫਿਰ ਬੜੀ ਮਾੜੀ ਗੱਲ ਆ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਆਪਣੇ ਕੀ ਵਿਚਾਰ ਰੱਖਣਾ ਚਾਹੋਗੇ? ਮਤਲਬ ਜਿਹੜਾ $20 ਉਹ ਰੱਖੇ ਪਾਕਿਸਤਾਨ ਜਾਣ ਨੂੰ ਜੀ, ਤੇ ਉਹਨਾਂ ਨੇ ਵੀ ਤੇ ਇੰਡੀਆ ਆਉਣਾ ਨਾ ਆਪਣੇ, ਉਹਨਾਂ ਦੇ ਵੀ ਹੈ ਨਾ ਇਹਦੇ ਕਈ ਉਹਨਾਂ ਦੇ ਮਕੌੜੇ ਵਗੈਰਾ ਹੈਗੇ ਨੇ ਜੀ ਜੀ ਜੀ, ਤੇ ਉਹ ਵੀ $20 ਦਿਆ ਕਰਨਗੇ ਜੀ ਜੀ ਜੀ। ਹਜੇ ਇਹ ਤਸਵੀਰ ਜਿਹੜੀ ਹੈ ਉਹ ਰੱਖੀ ਨਹੀਂ ਗਈ ਹੈ, ਲੇਕਿਨ ਭਾਰਤ ਪੱਖੋਂ ਇਤਰਾਜ਼ ਜਿਹੜਾ ਜ਼ਰੂਰ ਜਤਾਇਆ ਗਿਆ ਪਾਕਿਸਤਾਨ ਦੇ $20 ਉਹ ਵੀ ਦਿਆ ਕਰਨਗੇ ਤੇ ਤਾਂ ਠੀਕ ਹੀ ਹੈ, ਉਹ ਵੀ ਦੇਣ $20 ਪਰ ਹੈਡ। ਹਾਂ ਠੀਕ ਹੈ, ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ ਤੁਹਾਡੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖੇ। ਸੋ ਮਿਲੀ ਜੁਲੀ ਪ੍ਰਤੀਕਿਰਿਆ ਸਾਨੂੰ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੇ ਦਿੱਤੀ, ਕਈਆਂ ਨੇ ਕਿਹਾ ਕਿ $20 ਰੱਖਣੇ ਚਾਹੀਦੇ ਹਨ, ਕਈਆਂ ਨੇ ਕਿਹਾ $20 ਨਹੀਂ ਰੱਖਣੇ ਚਾਹੀਦੇ ਹਨ, ਲੇਕਿਨ ਇੱਕ ਕਾਲਰ ਜਿਨ੍ਹਾਂ ਨੇ ਬਹੁਤ ਗੱਲ ਸਪਸ਼ਟ ਕੀਤੀ ਕਿ ਇੰਨੀ ਵੱਡੀ ਵੀ ਗੱਲ ਨਹੀਂ ਹੈ ਕਿ ਭਾਰਤ ਇਤਰਾਜ਼ ਜਤਾਏ ਔਰ ਆਪਣਾ ਪੈਰ ਪਿੱਛੇ ਕਰ ਲਵੇ।
ਇਹ ਵੀ ਕਿਹਾ ਗਿਆ ਕਿ ਇੱਥੇ ਸਾਨੂੰ ਭਾਰਤ ਦੀ ਇੰਟੈਂਸ਼ਨ ਨਜ਼ਰ ਆਉਂਦੀ ਹੈ ਕਿ ਬਾਕੀ ਉਹ ਲਾਂਘਾ ਨਹੀਂ ਖੋਲ੍ਹਣਾ ਚਾਹੁੰਦੇ ਔਰ ਉਹ ਨਹੀਂ ਚਾਹੁੰਦੇ ਕਿ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਅਗਰ ਕੋਈ ਸੁਪਨਾ ਹੈਗਾ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਉਹ ਨਾ ਪੂਰਾ ਹੋ ਸਕੇ। ਇੰਨੀ ਸਾਰੀਆਂ ਅਰਦਾਸਾਂ ਜੋ ਕਿ ਅਸੀਂ ਅਤੇ ਤੁਸੀਂ ਰੋਜ਼ਾਨਾ ਕਰਦੇ ਹਾਂ ਉਹਦੇ ਉੱਤੇ ਇੰਟੈਂਸ਼ਨ ਜਿਹੜੀ ਹੈ ਉਹ ਅਜੇ ਵੀ ਕੁਐਸਚਨ ਮਾਰਕ ਕ੍ਰੀਏਟ ਕਰ ਰਹੀ ਹੈ, ਜਿਵੇਂ ਕਿ ਸਾਨੂੰ ਸਾਡੇ ਕਾਲਰ ਨੇ ਦੱਸਿਆ। ਮੈਂ ਮਾਫ਼ੀ ਚਾਹਾਂਗਾ ਉਹਨਾਂ ਸਾਰੇ ਕਾਲਰਸ ਤੋਂ ਜਿਨ੍ਹਾਂ ਦੇ ਮੈਂ ਫੋਨ ਕਾਲਸ ਨਹੀਂ ਚੱਕ ਸਕਿਆ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਹੈਗਾ, ਬਟ ਯੂ ਕੈਨ ਮੇਲ ਮੀ ਔਨ info@justbroadcasting.com, harkirat@justbroadcasting.com। ਮਿਲਦੇ ਹਾਂ ਕੱਲ੍ਹ ਔਰ ਰੱਖਾਂਗੇ ਇਸ ਮੰਚ ਦੇ ਉੱਤੇ ਕੋਈ ਨਵਾਂ ਮਸਲਾ ਔਰ ਕਰਾਂਗੇ ਉਸ ਮਸਲੇ ਦੇ ਉੱਤੇ ਵਿਚਾਰ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਸਤਿ ਸ਼੍ਰੀ ਅਕਾਲ।